ਕੈਦ ਰਹੇ ਸੀ, ਉਹਨੇ 250 ਸਿਪਾਰੇ ਪੜ੍ਹਾਏ ਸੀ ਜੈਲ ਸਿੰਘ ਕੁਰਾਨ ਲਈ। ਤੇ ਉਹ ਆਉਂਦਾ ਹੁੰਦਾ ਸੀ, ਮੈਨੂੰ ਤਾਂ ਚੋਰੀ ਕੁਰਾਨ ਵਜ਼ੀਰ ਤਾਰ ਗਿਆ, ਮੈਂ ਅਨਪੜ੍ਹ ਬੰਦਾ ਵਜ਼ੀਰ ਬਣ। ਵਾਹ ਜੀ ਵਾਹ ਵਾਹ। ਉਹਨੇ ਕੋਠੇ ਤੇ ਰੱਖਿਆ ਸੀ ਕੁਰਾਨ ਵਜ਼ੀਰ। ਅੱਛਾ ਅੱਛਾ, ਚੌਧਰੀ ਮੁਹੰਮਦ ਹੁਸੈਨ ਦੇ ਨਾਲ ਜ਼ੈਲ ਸਿੰਘ ਨੂੰ ਇਸ ਪਰ ਉਹ ਕੈਦ ਕਰਤਾ ਵੀ ਉਹਨਾਂ ਨੇ ਕਿਹਾ ਵੀ ਇਹ ਚੌਧਰੀ ਮੁਹੰਮਦ ਹੁਸੈਨ ਤੇ ਜ਼ੈਲ ਸਿੰਘ ਆਪਸ ਬੇਲੀ ਨੇ, ਠੀਕ ਹੈ, ਇਹ ਰਾਜੇ ਨੇ ਕੈਦ ਕਰਤੇ ਦੋਵੇਂ। ਕਿਹੜੀ ਜੇਲ ਚ ਕੀਤੇ ਸੀ? ਫਰੀਦਕੋਟ ਜੇਲ ਸੀ। ਜੇਲ ਚੋਂ ਛੁੱਟ ਕੇ ਆ ਗਏ ਤੇ ਇਹਨਾਂ ਦਾ ਬਿਲੱਪਾ ਉਵੇਂ ਹੀ ਰਿਹਾ ਆਪਸ ਚ ਦੋਸਤੀ? ਉਹ ਇੱਥੇ ਆਉਂਦਾ ਰਿਹਾ ਪੁੱਤ, ਇੱਥੇ ਉਹਨਾਂ ਦਾ ਨਹਾਉਣ ਆਉਂਦੇ ਹੁੰਦੇ ਸੀ ਅੰਬਰਸਰ, ਫਿਰ ਮਿਲ ਕੇ ਜਾਂਦੇ। ਨਨਕਾਣਾ ਸਾਹਿਬ ਵੀ ਆਉਂਦਾ ਰਿਹਾ ਬਾਅਦ ਚ? ਹਾਂ, ਹੈਡ ਤੇ ਕਈ ਵਾਰੀ ਮਿਲ ਕੇ ਗਿਆ ਸੀ। ਲੁਹਾਰ ਸੀ ਬੰਨੇ। ਅੱਛਾ, ਬੜੀ ਗਰੀਬੀ ਸੀ ਅੱਲਾ ਨੇ। ਜ਼ੈਲ ਸਿੰਘ ਦੀ ਲੁਹਾਰ ਸੀ? ਹਾਂ, ਗਰੀਬੀ ਵੀ ਸੀ, ਬਾਅਦ ਚ ਅੱਲਾ ਨੇ ਬਾਹ ਫੜ ਲਈ। ਅੱਛਾ, ਹੁਣ ਤਾਂ ਉੱਥੇ ਸੰਧ ਵੀ ਉਹਨੇ ਸਟੇਸ਼ਨ ਬਣਵਾਇਆ ਹੋਇਆ ਸੀ। ਤੇ ਇਹ ਜ਼ੈਲ ਸਿੰਘ ਦੱਸ ਦਿੰਦਾ ਸੀ ਵੀ ਅੱਜ ਜਿਹੜਾ ਅੱਜ ਪਾਸੇ ਹੋ ਜਾਓ ਤਾਂ ਚਲੇ ਜਾਓ, ਮੈਂ ਸਾਰੀ ਖਬਰ ਦਿੰਦਾ। ਤੇ ਉਹ ਚੂੜੇ ਵੀ ਨਾਲ ਰਲ ਗਏ ਸੀ ਉਹਨਾਂ ਦੇ ਹਮਲਾ ਕਰਨ ਵਾਲਿਆਂ ਦੇ? ਉਹ ਲੁੱਟੇ ਨੂੰ ਚੂੜੇ ਰਲ ਗਏ, ਕਿਸੇ ਦਾ ਕੁਛ ਵੀ ਨਹੀਂ ਛੱਡਿਆ ਸੀ। ਮਈਆਂ ਲੈ ਗਏ, ਖੋਲ ਕੇ ਘਰ ਨੂੰ ਉੱਟ ਕੇ ਲੈ ਗਏ, ਨਹਿਰਾਂ 'ਚ ਬੱਚੇ ਵੰਡ ਕੇ ਸਿੱਟੇ ਆਏ, ਤਰੇ ਜਾਂਦੇ ਸੀ ਜਿਵੇਂ ਭੇਡਾਂ ਦੇ ਬੱਚੇ, ਖੂਨ ਦੀ ਨਹਿਰ ਵਾਂਗ ਅੱਖਾਂ ਨਾਲ ਵੇਖਿਆ। ਅੱਖਾਂ ਇੱਕ ਕੁੜੀ ਜਵਾਨ, ਉਹਦੇ ਇੱਥੇ ਕੁਰਾਨ ਮਜੀਦ ਪਾਇਆ, ਬੱਚਾ ਵੱਡੀ ਪਈ ਗੱਲ ਲੱਥਾ ਪਿਆ, ਬੱਚਾ ਮਰੀ ਪਈ ਦੇ ਚੂੜੀ ਆ। ਓਏ ਹੋਏ ਹੋਏ, ਬੜੀਆਂ ਮੁਸ਼ਕਲਾਂ ਸੀ ਬੰਦਿਆ ਉੱਥੇ, ਕਦੇ ਆਸਰਾ ਪਾ ਦਿੰਦੇ ਸੀ ਵਾਧੂ ਟੁੱਕ ਕੇ, ਕਦੇ ਆਸਰਾ ਪਾ ਦਿੰਦੇ ਸੀ ਕੁੜੀਆਂ ਨੂੰ, ਵੱਧ ਵੱਧ ਕੇ ਸੁੱਟ ਦਿੰਦੇ ਸੀ, ਬੱਚੇ ਖੋ ਕੇ ਲੈ ਜਾਂਦੇ ਸੀ, ਕੋਈ ਛੱਪੜੀ 'ਚ ਸੁੱਟ ਜਾਂਦਾ ਸੀ, ਜਿਹੜੀ ਨਹੀਂ ਜਾਂਦੀ ਸੀ ਉਹਨੂੰ ਵੱਢ ਦਿੰਦੇ ਸੀ, ਜਿਹੜੀ ਮੈਂ ਜਾਂਦੀ ਮੈਂ। ਸਾਡੇ ਕੋਲ ਨੱਥੂ ਵਾਲਾ ਸੀ, ਉੱਥੇ ਮੌਲਵੀ ਨੇ ਆਪਣੇ ਚਾਰ ਧੀਆਂ ਵੱਢ ਕੇ ਖੂਹ 'ਚ ਸੁੱਟੀਆਂ ਸੀ, ਉਹਨੂੰ ਕਿਹਾ ਹਿੰਦੂ ਨਾਲ ਜਾਓ, ਚਾਰੋਂ ਬੱਚੀਆਂ ਵੱਢ ਕੇ ਖੂਹ 'ਚ ਸੁੱਟ, ਸਾਰਾ ਟੱਬਰ ਹੀ ਮਰ ਗਿਆ। ਉਹ ਰਹਿ ਗਿਆ ਸੀ, ਕਮਰਾ ਹੋ ਗਿਆ ਸੀ, ਆਖੇ ਇੱਕੋ ਪੁੱਤ ਸੀ, ਜਾਇਦਾਦ ਪਿੱਛੋਂ ਟੂਰ ਲਪਾਏ, ਕੋਠੀਆਂ ਪਾਈਆਂ ਫਰੀਦਕੋਟ, ਮੇਰਾ ਪੁੱਤ ਬਸ ਗਿਆ ਤਾਂ ਫਜਲ ਉਹਦਾ ਨਾਂ, ਇੱਥੇ ਫਿਰ ਤੁਰਿਆ ਫਿਰਿਆ ਕਰੇ ਕਰੇ, ਮੇਰੇ ਫਜਲ ਨੂੰ ਜਿਉਂਦੇ ਨੂੰ ਤਾਂ ਨਹੀਂ ਲੱਗਿਆ। ਜਦੋਂ ਤੁਸੀਂ ਇੱਥੇ ਪਹੁੰਚ ਗਏ ਹੋ? ਹਾਂ, 2 ਸਾਲ 3 ਸਾਲ, 2-3 ਸਾਲਾਂ ਬਾਅਦ ਡਾਕਟਰ ਚੰਦਾ ਸਿਉਂ ਨੇ ਤੁਹਾਡੇ ਪੈਸੇ ਮੱਝਾਂ ਵੇਚ ਕੇ ਸਮਾਨ ਵੇਚ ਕੇ ਤੁਹਾਨੂੰ ਬੁਲਾਏ। ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਪ੍ਰਣਾਮ। ਇੱਕ ਵਾਰੀ ਫਿਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਿਆਮ ਚੌਹਾਨ। 1947 ਦੀ ਕਹਾਣੀਆਂ ਦਾ ਇਹ ਸਿਲਸਿਲਾ ਅੱਗੇ ਵੱਧਦਾ ਜਾ ਰਿਹਾ ਹੈ, ਔਰ ਅਸੀਂ ਜਿੱਥੇ ਵੀ ਜਾਂਦੇ ਹਾਂ ਦੁੱਖਾਂ ਤਕਲੀਫਾਂ ਦੀ ਇੱਕ ਨਵੀਂ ਕਹਾਣੀ ਸਾਨੂੰ ਮਿਲਦੀ ਹੈ। 1947 'ਚ ਪਏ ਉਜਾੜਿਆਂ ਦੀ ਉਹ ਕਹਾਣੀਆਂ ਜਿਹੜੀਆਂ ਸ਼ਾਇਦ ਹੁਣ ਘੱਟ ਸੁਣਨ ਨੂੰ ਮਿਲਦੀਆਂ ਨੇ, ਇਸੇ ਪਰੋਂ ਦੇਸੀ ਇਨਫੋਟੇਨਰ ਦੀ ਇਹ ਕੋਸ਼ਿਸ਼ ਹੈ ਕਿ ਉਹਨਾਂ ਤਮਾਮ ਬਜ਼ੁਰਗਾਂ ਤੱਕ ਪਹੁੰਚਿਆ ਜਾਏ ਜਿਨ੍ਹਾਂ ਨੇ ਉਸ ਵਕਤ ਦੇ ਉਜਾੜਿਆਂ ਨੂੰ, ਉਸ ਵਕਤ ਦੇ ਜਿਹੜੇ ਪਵਾੜੇ ਸਨ, ਉਸ ਵਕਤ ਦੀਆਂ ਜਿਹੜੀਆਂ ਤਕਲੀਫਾਂ ਸਨ, ਉਹਨਾਂ ਨੂੰ ਆਪਣੇ ਪਿੰਡੇ 'ਤੇ ਵੀ ਹੰਡਾਇਆ ਅਤੇ ਆਪਣੀ ਰੂਹ 'ਤੇ ਵੀ ਹੰਡਾਇਆ। ਅੱਜ ਸਾਡੇ ਨਾਲ ਇੱਕ ਅੰਮਾ ਜੀ ਮੌਜੂਦ ਨੇ ਜਿਨ੍ਹਾਂ ਦੀ ਉਮਰ ਇਸ ਵੇਲੇ ਕੋਈ 92-93 ਸਾਲ ਹੈ। ਇਹ ਸਿਰਫ ਇੱਕ ਇਨਸਾਨ ਨਹੀਂ, ਇਹ ਪੂਰੀ ਇੱਕ ਤਾਰੀਖ ਨੇ ਉਜਾੜਿਆਂ ਦੀ, ਵਿਛੋੜਿਆਂ ਦੀ, ਉਹਨਾਂ ਦੁੱਖਾਂ ਦੀ ਕਿ ਕਹਾਣੀ ਨੇ, ਜਿੰਦੀ ਜਾਗਦੀ ਕਹਾਣੀ ਨੇ। ਔਰ ਮੈਂ ਇਹ ਸਮਝਦਾ ਕਿ ਅੱਜ ਦੀ ਕਹਾਣੀ ਸੁਣ ਕੇ ਤੁਹਾਨੂੰ ਬਹੁਤ ਸਾਰੇ ਚਾਨਣ ਹੋ ਜਾਣਗੇ, ਤੁਹਾਨੂੰ ਬਹੁਤ ਸਾਰੀਆਂ ਉਹਨਾਂ ਨਵੀਆਂ ਗੱਲਾਂ ਦਾ ਪਤਾ ਚੱਲੇਗਾ ਜਿਹੜੇ ਅੱਜ ਤੱਕ ਤੁਸੀਂ ਨਹੀਂ ਸਮਝੀਆਂ, ਤੁਸੀਂ ਨਹੀਂ ਜਾਣੀਆਂ। ਆਓ ਗੱਲਬਾਤ ਕਰਨੇ ਹਾਂ ਅੰਮਾ ਬੀਬੀ ਰਾਣੀ ਦੇ ਨਾਲ, ਅਤੇ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਕੀ ਹਾਲਾਤ ਜਾਲੇ, ਕੀ ਹਾਲਾਤ ਵੇਖੇ, ਇਹਨਾਂ ਦੀ ਜ਼ੁਬਾਨੀ, ਇਹਨਾਂ ਦੀ ਕਹਾਣੀ ਆਓ ਸੁਣਨੇ ਆ। ਅੰਮਾ ਜੀ, ਆਪਣਾ ਪੂਰਾ ਨਾਂ ਬੀਬੀ ਰਾਣੀ ਹੈ, ਇਹ ਦੱਸੋ ਤੁਸੀਂ ਹਿੰਦੁਸਤਾਨ ਵਿੱਚ ਜਦੋਂ ਵੰਡ ਨਹੀਂ ਹੋਈ ਸੀ ਕਿਹੜੀ ਜਗ੍ਹਾ ਰਹਿੰਦੇ ਸੀ? ਕੋਟਕਪੂਰੇ ਮੇਰੀ ਸ਼ਾਦੀ ਹੋਈ ਸੀ, ਸੰਧ ਪਿੰਡ ਸੀ ਕੋਟ ਦੇ, ਫਰੀਦਕੋਟ ਦੇ ਸੰਨ। ਅੱਛਾ, ਮੇਰੇ ਮਾਪੇ
ਅੱਛਾ, ਕੋਟ ਕਪੂਰੇ ਤੁਹਾਡੀ ਸ਼ਾਦੀ ਹੋਈ ਸੀ ਤੇ ਜਿਹੜੇ ਤੁਹਾਡੇ ਮਾਪੇ ਸੀ ਉਹ ਕਿੱਥੇ ਰਹਿੰਦੇ ਸੀ? ਸੰਧਮੀ ਕੋਲੇ ਸੀ, ਫਰੀਦਕੋਟ ਦੇ ਤੇ ਕੋਟ ਦੇ ਸਨ। ਸੰਧਮੀ? ਹਾਂ। ਅੱਛਾ, ਇਹ ਕਿੰਨੀ ਕੁ ਦੂਰ ਸੀ ਕੋਟ ਕਪੂਰੇ ਤੋਂ ਜਿੱਥੇ ਸ਼ਾਦੀ ਹੋਈ ਸੀ ਤੁਹਾਡੀ? ਦੋ ਤਿੰਨ ਮੀਲ। ਠੀਕ ਹੈ, ਠੀਕ ਹੈ। ਤੇ ਕੋਟ ਕਪੂਰੇ ਜਿੱਥੇ ਤੁਹਾਡੀ ਸ਼ਾਦੀ ਹੋਈ ਸੀ, ਕੋਟ ਕਪੂਰੇ ਦੇ ਵਿੱਚ ਮੁਸਲਮਾਨ ਹੀ ਸਨ ਜਾਂ ਦੂਸਰੇ ਸਿੱਖ ਹਿੰਦੂ? ਖੱਤਰੀ ਬਥੇਰੇ ਸੀ, ਹਿੰਦੂ ਬਥੇਰੇ ਸੀ। ਅੱਛਾ, ਮੁਸਲਮਾਨਾਂ ਦੇ ਘਰ ਕਿੰਨੇ ਕੁ ਸੀ? ਬਥੇਰੇ ਸੀ, ਹੁਣ ਪੁੱਤ ਸ਼ਹਿਰ ਚ ਮੁਸਲਮਾਨਾਂ ਦੇ ਘਰ ਹਿੰਦੂ ਮੰਦੇ। ਕੋਟ ਕਪੂਰਾ ਉਦੋਂ ਸ਼ਹਿਰ ਸੀ? ਅੱਛਾ, ਜਿਵੇਂ ਆਪਣੇ ਸ਼ਹਿਰ ਹੈ ਪੱਤੋ, ਇਹ ਸ਼ਹਿਰ ਸੀ। ਫਰੀਦਕੋਟ ਵੱਡਾ ਸ਼ਹਿਰ ਸੀ ਜਿੱਥੇ ਰਾਜਾ ਰਹਿੰਦਾ ਸੀ। ਅੱਛਾ 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 ਅੱਛਾ, ਫਰੀਦਕੋਟ ਉਹ ਵੱਡਾ ਸ਼ਹਿਰ ਸੀ ਲਾਗੇ, ਰਾਜਾ ਉੱਥੇ ਰਹਿੰਦਾ ਸੀ। ਇਹ ਤੁਹਾਡੇ ਕੋਲ ਕਿੰਨੀ ਦੂਰ ਸੀ ਫਰੀਦਕੋਟ ਜਿਹੜਾ? ਦਸ ਬਾਰਾਂ ਮੀਲ। ਕਦੇ ਤੁਸੀਂ ਫਰੀਦਕੋਟ ਗਏ ਸੀ? ਗਏ ਸੀ, ਮੇਰੀ ਭੈਣ ਦੀ ਸ਼ਾਦੀ ਉੱਥੇ ਹੋਈ ਸੀ। ਅੱਛਾ, ਉਹ ਤੁਹਾਡੇ ਤੋਂ ਵੱਡੀ ਸੀ ਭੈਣ? ਮੈਂ ਸਾਰਿਆਂ ਤੋਂ ਛੋਟੀ ਸੀ। ਤੁਸੀਂ ਸਾਰਿਆਂ ਤੋਂ ਛੋਟੇ ਸੀ? ਕਿੰਨੇ ਭੈਣ ਭਰਾ ਸੀ ਤੁਸੀਂ? ਤਿੰਨ ਭਰਾ ਸੀ, ਤਿੰਨ ਭਰਾ ਤੇ ਤਿੰਨ ਭੈਣਾਂ। ਤੇ ਤੁਹਾਡੇ ਵਾਲਦ ਸਾਹਿਬ ਜਿਹੜੇ ਸੀ ਉਹਨਾਂ ਦਾ ਕੀ ਨਾਂ ਸੀ? ਉਹਦਾ ਨਾਂ ਕਮਰਦੀਨ। ਕਮਰਦੀਨ, ਇਹ ਸੰਧਮੀ ਰਹਿੰਦੇ ਸੀ? ਤੇ ਕਿਹੜੀ ਬਰਾਦਰੀ ਸੀ ਆਪਣੀ? ਰਾਈ ਬਰਾਦਰੀ। ਅੱਛਾ, ਇਹ ਦੱਸੋ ਜਦੋਂ ਪਾਕਿਸਤਾਨ ਬਣਦਾ ਹੈ ਤੁਹਾਡੀ ਸ਼ਾਦੀ ਹੋਈ ਹੋਈ ਸੀ? ਤੁਹਾਨੂੰ ਤਾਂ ਫਿਰ ਬੜੇ ਹਾਲਾਤ ਸਾਰੇ ਚੇਤੇ ਹੋਣਗੇ। ਬੜੀਆਂ ਮੁਸ਼ਕਲਾਂ ਸੀ ਬੰਦਿਆਂ ਉੱਥੇ, ਕਦੇ ਐਸਰਾ ਪਾ ਦਿੰਦੇ ਸੀ ਵਾਢੂ ਚੁੱਕ ਕੇ, ਕਦੇ ਐਸਰਾ ਪਾ ਦਿੰਦੇ ਸੀ ਕੁੜੀਆਂ ਨੂੰ, ਵੱਢ ਵੱਢ ਕੇ ਸੁੱਟ ਦਿੰਦੇ ਸੀ, ਬੱਚੇ ਖੋ ਕੇ ਲੈ ਜਾਂਦੇ ਸੀ, ਕੋਈ ਛੱਬੜੀ 'ਚ ਸੁੱਟ ਜਾਂਦਾ ਸੀ, ਜਿਹੜੀ ਨਹੀਂ ਜਾਂਦੀ ਸੀ ਉਹਨੂੰ ਵੱਢ ਦਿੰਦੇ ਸੀ, ਜਿਹੜੀ ਮੈਂ ਜਾਂਦੀ ਮੈਂ। ਸਾਡੇ ਕੋਲ ਨੱਥੂ ਵਾਲਾ ਸੀ, ਉੱਥੇ ਮੌਲ ਵੀ ਨਹੀਂ, ਆਪਣੇ ਚਾਰ ਧੀਆਂ ਵੱਢ ਕੇ ਖੂਹ 'ਚ ਸਿੱਟੀਆਂ ਸੀ। ਉਹਨੇ ਕਿਹਾ ਹਿੰਦੂ ਨਾਲ ਜਾਓ, ਚਾਰੋਂ ਬੱਚੀਆਂ ਵੱਢ ਕੇ ਖੂਹ 'ਚ ਸਿੱਟ। ਨੱਥੂ ਵਾਲੇ ਪਿੰਡ ਵਿੱਚ? ਹਾਂ, ਨੱਥੂ ਚਾਰ ਧੀਆਂ ਵੱਢ ਦਿੱਤੀਆਂ, ਵੱਢ ਕੇ ਖੂਹ 'ਚ ਸਿੱਟ। ਜਦੋਂ ਹਿੰਦੂ ਖੋਣ ਲੱਗੇ ਵੱਢ ਕੇ ਖੂਹ 'ਚ ਸਿੱਟ। ਓਏ ਰੱਬਾ, ਇਹਦੇ ਭਤੀਜੇ ਦੀਆਂ ਬੁੜੀਆਂ ਹੁਣ ਲਿਆਏ ਸੀ ਦੋ, ਇਹਦੇ ਭਤੀਜੇ ਦੀ ਖੋਲੀਆਂ ਸੀ, ਪਿੱਛੋਂ ਜੇ ਲਿਆਏ ਸੀ। ਆਪਾਂ ਉਹ ਸਾਰੀਆਂ ਗੱਲਾਂ ਕਰਦੇ ਹਾਂ, ਪਹਿਲੇ ਇਹ ਦੱਸੋ ਵੀ ਕੋਟ ਕਪੂਰੇ ਦੇ ਹਾਲਾਤ ਤੇ ਆਪਾਂ ਗੱਲ ਕਰੀਏ। ਜਦੋਂ ਪਾਕਿਸਤਾਨ ਨਹੀਂ ਬਣਿਆ ਸੀ, ਵੰਡ ਨਹੀਂ ਹੋਈ ਸੀ, ਨਹੀਂ ਕੋਈ ਜਾਣਦਾ ਸੀ ਵੀ ਮੁਸਲਮਾਨ ਕੌਣ, ਭੈਣਾਂ ਭਰਾਵਾਂ ਵਾਂਗੂ ਵੱਸਦੇ ਸੀ, ਸੋਹਣੀ ਇੱਜ਼ਤ ਨਾਲ ਵੱਸਦੇ ਸੀ। ਅੱਛਾ, ਇਹ ਹਿੰਦੂ ਸੂਰ ਕਰਕੇ ਤੇ ਲੈ ਸਾਡੇ ਬੂਹੇ ਨੂੰ ਸਾਹਮਣਾ ਸੀ ਟੰਗ ਤਾ, ਮੇਰੇ ਸਹੁਰੇ ਦੇ ਗਾਂ ਲਿਆ ਕੇ ਤੇ ਬੂਹੇ ਅੱਗੇ ਟੰਗਤੀ ਕਰਕੇ, ਉਹ ਪੁਲਿਸ ਲੈ ਆਏ, ਪੁਲਿਸ ਲੈ ਆਏ ਤੇ ਮੀਆਂ ਜੀ ਨੂੰ ਫੜ ਲਿਆ। ਉਹਨੇ ਕਿਹਾ ਪਹਿਲਾਂ ਇਹਨਾਂ ਦਾ ਅੰਦਰ ਵੇਖੋ, ਫਿਰ ਮੈਨੂੰ ਫੜਿਆ ਜੀ। ਅੱਛਾ, ਜਿਵੇਂ ਤੁਸੀਂ ਦੱਸਦੇ ਪਏ ਹੋ, ਤੁਸੀਂ ਵੀ ਕੋਟ ਕਪੂਰੇ ਦੇ ਅੰਦਰ ਉਹਨਾਂ ਨੇ ਸੂਰ ਫੜ ਕੇ ਲਿਆਂਦਾ ਸੀ? ਹਾਂ, ਅੰਦਰ ਜਿਵਾ ਕਰ ਲਿਆ ਤੇ ਟੰਗ ਦਿੱਤਾ ਸਾਹਮਣੇ ਲਿਆ ਕੇ। ਉਹਨੂੰ ਬਣਨਾ ਸੀ, ਪਤਾ ਸੀ ਵੀ ਹਾਲਤ ਮੁਸਲਮਾਨਾਂ ਦੀ ਖਰਾਬ ਹੋਣੀ ਹੈ। ਇਹ ਜਿਸਲੇ ਵੰਡ ਹੋਣ ਲੱਗੀ ਹੈ, ਫਿਰ ਹਾਲਾਤ ਖਰਾਬ ਹੋਣ ਲੱਗੇ ਤੇ ਜਿਹੜੇ ਕੋਈ ਸ਼ਰਾਰਤੀ ਟੋਲਾ ਸੀ ਉਹਨੂੰ ਯਾਦ ਆ ਗਈਆਂ ਸ਼ਰਾਰਤਾਂ? ਫਿਰ ਉਹ ਮੁਸੀਬਤਾਂ ਕੀ ਵੇਖਣੀਆਂ, ਅੱਠ ਅੱਠ ਦਿਨ ਨਹਿਰਾਂ ਐ ਵਗਦੀਆਂ ਸੀ ਜਿਵੇਂ ਵਿੱਚ। ਨਹੀਂ, ਮੇਰੇ ਨਾਲ ਗੱਲ ਕਰਨੀ ਸੀ, ਗੱਲ ਉਹਨਾਂ ਨਾਲ। ਮੇਰੇ ਨਾਲ ਨਹਿਰਾਂ 'ਚ ਬੱਚੇ ਵੱਢ ਕੇ ਸਿੱਟੇ ਆਏ, ਤਰੇ ਜਾਂਦੇ ਸੀ ਜਿਵੇਂ ਭੇਡਾਂ ਦੇ ਬੱਚੇ, ਹੋਏ ਹੋਏ ਖੂਨ ਦੀ ਨਹਿਰ ਵਾਂਗ। ਅੱਖਾਂ ਨਾਲ ਵੇਖਿਆ, ਅੱਖਾਂ ਨਹਿਰ ਦਾ ਪਾਣੀ ਖੂਨ ਰੰਗਾ ਹੋ ਗਿਆ ਸੀ, ਬੱਚੇ ਵੱਢ ਵੱਢ ਕੇ ਸਿੱਟੇ ਸੀ, ਬੰਦੇ ਵੱਢ ਵੱਢ ਸਿੱਟੇ, ਜਦੋਂ ਤਾਂ ਢੇਰ ਲੱਗੇ ਪਏ ਸੀ ਉੱਥੇ, ਜਿੱਡੇ ਜਿੱਡੇ ਜਿਹੜੇ ਬੰਦੇ ਵੱਢੇ ਸੀ। ਅੱਛਾ, ਆਪਾਂ ਹੁਣ ਪਹਿਲੇ ਆਪਾਂ ਗੱਲ ਕਰੀਏ, ਮੇਰੇ ਸਵਾਲਾਂ ਦਾ ਤੁਸੀਂ ਨਾ ਉਵੇਂ ਉਵੇਂ ਜਵਾਬ ਦਿੰਦੇ ਜਾਣਾ। ਕੋਟ ਕਪੂਰਾ ਜਿੱਥੇ ਤੁਸੀਂ ਵਿਆਹ ਕੇ ਗਏ ਸੀ, ਜਿਹੜਾ ਤੁਹਾਡਾ ਅਸਲ ਪਿੰਡ ਸੀ ਮਾਂ ਪਿਓ ਦਾ, ਉਹਦੇ ਵਿੱਚ ਮੁਸਲਮਾਨ ਹੀ ਵੱਸਦੇ ਸੀ ਜਾਂ ਦੂਸਰੇ ਸਿੱਖ? ਹਿੰਦੂ ਵਾਲੇ ਸੀ। ਵਾਲੇ ਹਿੰਦੂ ਸੀ? ਹਾਂ। ਸਿੱਖ ਵੀ ਹੈ ਸੀ? ਸਿੱਖ ਸਿੱਖ ਸੀ।
ਤੇ ਹਿੰਦੂ ਇੱਕ ਸੀ, ਸਿੱਖ ਸੀ, ਪੂਰੇ ਸੀ, ਬੋਰੀਏ ਸੀ, ਸਾਰੇ ਜਾਇਦਾਦ ਵਾਲੇ ਜ਼ਮੀਨਾਂ ਆ ਗਏ। ਸੰਧਵੀ, ਅੱਛਾ ਉੱਥੇ ਮੁਸਲਮਾਨਾਂ ਦੇ ਘਰ ਕਿੰਨੇ ਕੁ ਸੀ? 10-12 ਸੀ। 10-12 ਮੁਸਲਮਾਨ ਇੰਨੇ ਨਹੀਂ ਸੀ। ਉਹ ਸਾਰੇ ਅਰਾਈ ਬਰਾਦਰੀ ਸੀ? ਨਹੀਂ, ਬਲੋਚ ਸੀ, ਰਾਈਆਂ ਦੇ ਤੇ 2-3 ਘਰ। ਬਲੋਚ ਵਾਲੇ ਸੀ, ਅਰਾਈਆਂ ਦੇ 2-3 ਘਰ। ਬਲੋਚ ਤੇ ਸਿੱਖਾਂ ਦੇ ਘਰ ਕਿੰਨੇ ਕੁ ਸੀ? ਸਿੱਖਾਂ ਦੇ ਅੱਗੇ ਸੀ 30-40। ਪੰਜਾਬ ਚ ਲੱਗਦੀ ਸੀ ਸਰਦਾਰਾਂ ਦੇ ਅੱਡ ਸੀ ਤੇ ਸਿੱਖਾਂ ਦੇ ਅੱਡ ਸੀ। ਅੱਛਾ, ਤੇ ਹਿੰਦੂਆਂ ਦੇ ਘਰ ਜਿਹੜੇ ਖੱਤਰੀ? ਖੱਤਰੀ ਕੁਛ 2-3 ਘਰ ਸੀ, ਹੱਟੀ ਵਾਲੇ ਖੱਤਰੀ ਕੋਈ ਬਾਹਮਣ ਸੀ। ਬਾਹਮਣਾਂ ਦੇ ਘਰ ਵੀ ਆਇਆ ਸੀ। ਹੱਟੀ ਕਿੰਨਾ ਦੀ ਹੁੰਦੀ ਸੀ? ਹੱਟੀ ਖੱਤਰੀਆਂ ਦੀ। ਅੱਛਾ, ਤੇ ਚੂੜਿਆਂ ਦੇ ਘਰ ਕਿੰਨੇ ਸੀ? ਚੂੜਿਆਂ ਦੇ ਬਛੇਰੇ 30-40 ਘਰ ਸੀ। ਅੱਛਾ, ਬੜੀ ਜ਼ਿਆਦਾ ਜ਼ਮੀਨਾਂ ਵਾਲੇ ਸੀ ਪੋਤੇ। ਬੋਰੀਏ ਵੀ ਜ਼ਮੀਨਾਂ ਵਾਲੇ, ਜਾਇਦਾਦਾਂ ਵਾਲੇ। ਬੋਰੀਏ? ਹਾਂ, ਬੋਰੀਏ ਸੀ। ਉਹ ਹੋਰੂ ਜੇ ਬੋਲੀ ਬੋਲਦੇ ਸੀ। ਹੋਰ ਵੀ ਬੋਲੀ ਬੋਲਦੇ ਸੀ? ਪੰਜਾਬੀ ਨਹੀਂ ਬੋਲਦੇ ਸੀ? ਆਪਾਂ ਨੂੰ ਸਮਝ ਨਹੀਂ ਆਉਂਦੀ ਸੀ, ਉਹਨਾਂ ਦੀ ਸਮਝ ਨਹੀਂ ਆਉਂਦੀ ਸੀ। ਅੱਛਾ, ਉੱਥੋਂ ਦੇ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਜਦੋਂ ਪਾਕਿਸਤਾਨੀ ਬਣਿਆ ਸੀ, ਜਦੋਂ ਤੁਹਾਡੀ ਸ਼ਾਦੀ ਨਹੀਂ ਹੋਈ ਸੀ? ਚੰਗੇ ਭਲੇ ਸੀ, ਬੱਲਿਆ ਭੈਣਾਂ ਭਰਾਵਾਂ ਵਾਂਗੂ ਵੱਸਦੇ ਸੀ, ਦਿੰਦੇ ਸੀ, ਲੈਂਦੇ ਸੀ, ਚੰਗੇ ਸੀ। ਤੁਹਾਡੀ ਕੋਈ ਸਹੇਲੀਆਂ ਹੈ ਸੀ ਉਹਨਾਂ ਵਿੱਚੋਂ, ਸਿੱਖਾਂ ਵਿੱਚੋਂ ਜਾਂ ਹਿੰਦੂਆਂ ਵਿੱਚੋਂ? ਇੰਨੇ ਸੀ, ਰਲ ਕੇ ਵੱਸਦੇ ਸੀ। ਕਿਸੇ ਦਾ ਨਾਂ ਯਾਦ ਹੈ ਤੁਹਾਨੂੰ? ਭੁੱਲ ਗਿਆ, ਮੁਹੰਮਦ ਹੁਸੈਨ ਚੌਧਰੀ। ਮੁਹੰਮਦ ਹੁਸੈਨ ਚੌਧਰੀ ਸੀ, ਆਪਾਂ ਝੂਠ ਨੂੰ ਮਾਰ। ਅੱਛਾ, ਆਪਦੀ ਕਰਦੇ ਸੀ ਤੇ ਖਾਂਦੇ ਸੀ। ਹਾਂ, ਚੌਧਰੀ ਮੁਹੰਮਦ ਹੁਸੈਨ ਦੇ ਵਾਲਦ ਸਾਹਿਬ ਦਾ ਕੀ ਨਾਂ ਸੀ? ਮੁਹੰਮਦ ਰਮਜ਼ਾਨ। ਕੌਮ ਆਰਾਈ, ਇਹ ਕੋਟਕਪੂਰੇ ਚ ਬੜੀ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ ਇਹਨਾਂ ਨੂੰ। ਉਹ ਬੰਦਾ, ਉਹਨੂੰ ਕੋਈ ਨਹੀਂ ਸੋ, ਅੱਲਾ ਅੱਲਾ ਵਾਲਾ ਸੀ, ਉਹਨੂੰ ਦੁਨੀਆਂ ਨਾਲ ਕੋਈ ਪਰਦਾ ਹੀ ਰਹਿੰਦਾ ਸੀ, ਉਹਨੂੰ ਕੋਈ ਦੁਨੀਆਂ ਦਾ ਖਿਆਲ। ਚੌਧਰੀ ਰਮਜ਼ਾਨ ਨੂੰ ਤੇ ਇਹ ਜਿਹੜੇ ਚੌਧਰੀ ਮੁਹੰਮਦ ਹੁਸੈਨ ਸੀ, ਇਹ ਕੋਈ ਇਲੈਕਸ਼ਨ ਵਿੱਚ ਵੀ ਹਿੱਸਾ ਲੈਂਦੇ ਸੀ? ਉੱਥੇ ਕੋਈ ਨਹੀਂ ਲਿਆ। ਅੱਛਾ, ਉੱਥੇ ਝੂਠ ਮਾਰ ਕੇ ਇਹਨਾਂ ਭੈਣਾਂ ਭਰਾਵਾਂ ਨੇ ਫਿਰ ਇੱਥੇ ਬਾਇਆ। ਉੱਥੇ ਇਲੈਕਸ਼ਨ ਹੁੰਦੇ ਨਹੀਂ ਸੀ, ਪਹਿਲਾਂ ਪਿਓ ਹੁੰਦਾ ਬਾਦਸ਼ਾਹ, ਫਿਰ ਪੁੱਤ ਬਣ ਜਾਂਦਾ, ਫਿਰ ਪੋਤਰਾ ਬਣ ਜਾਂਦਾ, ਉੱਥੇ ਨਹੀਂ ਹੁੰਦੇ ਸੀ। ਅੱਛਾ ਅੱਛਾ ਅੱਛਾ, ਉਦੋਂ ਰਾਜੇ ਹੁੰਦੇ ਸੀ? ਰਾਜੇ ਬਸ ਉਹ ਖਾਨਦਾਨ ਵਿੱਚ ਹੀ ਅਗਾਂਹ ਚੱਲਦੀ ਰਹਿੰਦੀ ਸੀ ਰਾਜ ਜਿਹੜਾ। ਤੇ ਤੁਹਾਡੇ ਕੋਈ ਰਾਜਾ ਯਾਦ ਹੈ ਕਿਹੜਾ ਸੀ ਉਸ ਵੇਲੇ? ਨਾ ਭਾਈ, ਆਪਣੇ ਤੁਹਾਨੂੰ ਯਾਦ ਨਾ ਭੁੱਲ ਭੱਲ ਗਏ ਕੁਛ। ਅੱਛਾ, ਪੁੱਤ ਨੂੰ ਆਉਂਦੇ ਸੀ ਟਿੱਕਾ ਸੌਂ, ਟਿੱਕਾ ਸੌਂ ਹੈ ਫਜਲੂ ਦਾ ਭਤੀਜੀ, ਉੱਧਰ ਵਿਆਹ ਹੀ ਸੀ ਮੁੰਡਾ ਪਰ ਰਾਜੇ ਦਾ। ਹਾਂ, ਬਿਸਰਾ ਵਸਾਉਂਦਾ ਹੁੰਦਾ ਸੀ, ਰਮਜ਼ਾਨ ਮਰ ਗਿਆ ਤੇ ਰਾਜੇ ਨੇ ਆਖਿਆ ਜੈਨ ਗੁਰੂ ਗਵਾਲ ਦੀਆਂ ਰਾਣੀਆਂ ਨੂੰ ਆਖਿਆ ਜਾਣ ਨਾ ਦਿਆ ਜੇ, ਇੱਥੇ ਰਿਹਾ ਜੇ, ਇਹਦਾ ਬੰਦਾ ਮਰ ਗਿਆ, ਇਹਦੇ ਕੋਲ ਰਹਿ ਜੇ, ਉਹ ਹੈ ਬਾਦਸ਼ਾਹ ਸੀ, ਉਹ ਇੱਥੇ ਤਾਂ ਕੋਈ ਧੂਈ ਨਹੀਂ ਮਾਰਦਾ। ਅੱਛਾ, ਠੀਕ ਹੈ ਠੀਕ ਹੈ। ਤੇ ਜਿੱਥੇ ਕੋਟਕਪੂਰੇ ਤੁਸੀਂ ਰਹਿੰਦੇ ਸੀ, ਤੁਹਾਡੇ ਆਂਢ ਗੁਆਂਢ ਸਾਰੇ ਮੁਸਲਮਾਨਾਂ ਦੇ ਘਰ ਸੀ? ਆਪਦੇ ਸੀ, 4-5 ਘਰ। 4-5 ਘਰ ਵਿੱਚੇ ਮੁਸਲਮਾਨਾਂ ਦੇ ਸੀ, ਵਿੱਚੇ ਜ਼ਿਮੀਂਦਾਰਾਂ ਦੇ ਸੀ, ਰਲਵੇਂ ਸੀ, ਉੱਥੇ ਕੋਈ ਨਹੀਂ ਸੀ, ਵਿੱਚੇ ਉਹ ਰਹਿੰਦੇ ਸੀ ਵਿੱਚੇ। ਜ਼ਿਮੀਂਦਾਰ ਕਿਹਨਾਂ ਨੂੰ ਕਹਿੰਦੇ ਸੀ? ਜੱਟਾਂ ਨੂੰ। ਜੱਟਾਂ ਨੂੰ, ਸਿੱਖਾਂ ਨੂੰ? ਅੱਛਾ 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 ਅੱਛਾ, ਮੁਸਲਮਾਨਾਂ ਦੀਆਂ ਜ਼ਮੀਨਾਂ ਕੋਈ ਨਹੀਂ ਸੀ? ਪਰ ਜ਼ਿਮੀਂਦਾਰ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਜੱਟ ਸਿੱਖ ਸੀ ਉੱਥੋਂ ਦੇ। ਠੀਕ ਹੈ, ਕਿੰਨੀ ਕੁ ਜ਼ਮੀਨ ਸੀ ਇਹਨਾਂ ਦੀ ਚੌਧਰੀ ਮੁਹੰਮਦ ਹੁਸੈਨ ਕੀ ਉੱਥੇ? ਇਹਨਾਂ ਦੀ ਬੰਦਾ ਆਪਦੀ ਤਾਂ ਇੱਕ ਮੁਰੱਬਾ ਸੀ ਤੇ 8 ਕਿੱਲੇ ਚੌਧਰੀ ਨੇ ਮੋੜ ਲਈ। ਇੱਕ ਮੁਰੱਬਾ ਆਪਣੀ ਸੀ, 4 ਭਰਾ ਸੀ, ਇੱਕ ਮੁਰੱਬਾ ਜ਼ਮੀਨ ਆਪਣੀ ਸੀ 25 ਕਿੱਲੇ, 8 ਕਿੱਲੇ ਮੁੱਲ ਲਈ ਸੀ। ਵਾਈ ਜੁੱਤੀ ਚੰਗੀ ਹੁੰਦੀ ਸੀ? ਅਸੀਂ ਵਾਈ ਕਰਦੇ ਸੀ, ਅਜੀ ਹਿੱਸੇ ਤੇ ਵਾਉਂਦੇ ਸੀ ਲੋਕ। ਇੱਥੇ ਸਾਈਕਲਾਂ ਦੀ ਦੁਕਾਨ ਸੀ। ਸਾਈਕਲਾਂ ਦੀ ਦੁਕਾਨ ਸੀ ਤੇ ਜਿਹੜੀ ਜ਼ਮੀਨ ਸੀ ਉਹ ਗੜਦੇ ਨਹੀਂ ਸੀ? ਨਹੀਂ, ਉਹ ਹੋਰ ਗੜਦੇ ਸੀ ਹਿੱਸੇ ਤੇ, ਜਿਵੇਂ ਇੱਥੇ ਲੋਕ ਅੱਗੇ ਮਜ਼ਾਰੇ ਸੀ ਉਹ ਗੜਦੇ ਸੀ। ਆਪ ਸਾਈਕਲਾਂ ਦੀ ਦੁਕਾਨ ਬਣਾਈ ਸੀ ਨਵੇਂ ਸਾਈਕਲਾਂ ਦੀ।
ਅੱਛਾ 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 ਇਹ ਕਿਹੜਾ ਮਹੱਲਾ ਸੀ ਕੋਟਕਪੂਰੇ ਵਿੱਚ ਜਿੱਥੇ ਤੁਸੀਂ ਰਹਿੰਦੇ ਸੀ? ਬੱਲੇ ਮਹੱਲੇ ਮੁੰਡੇ ਤਾਂ ਉੱਥੇ ਕੁਛ ਨਹੀਂ ਸੀ, ਮੈਨੂੰ ਤਾਂ ਪਤਾ ਨਹੀਂ। ਮੈਂ ਕੋਈ ਤੁਸੀਂ ਇੱਥੇ ਆ ਜਾਓ। ਅੱਛਾ ਮਹੱਲੇ ਮੁੱਲੇ ਕੋਈ ਨਹੀਂ ਸੀ ਉਦੋਂ? ਤਿੰਨ ਚਾਰ ਘਰ ਲਵਾਰਾਂ ਦੇ ਸੀ ਕੋਲੇ, ਹਾਂ ਦੋ ਜੱਟਾਂ ਦੇ ਸੀ। ਅੱਛਾ ਤੇ ਚਾਰ ਪੰਜ ਸਾਡੇ ਰਾਈਆਂ ਦੇ ਸੀ, ਆਪ ਦੇ ਚਾਰ ਪੰਜ ਰਾਈਆਂ ਦੇ ਘਰ ਸੀ। ਠੀਕ ਹੈ ਠੀਕ ਹੈ ਠੀਕ ਹੈ। ਉਦੋਂ ਪਹਿਲੇ ਕਦੇ ਕੋਈ ਲੜਾਈ ਹੋਈ ਸੀ ਆਪਸ? ਕਦੇ ਨਹੀਂ ਬੱਲਿਆ, ਕੋਈ ਲੜਿਆ ਸੀ। ਹਿੰਦੂ ਆਏ ਇੱਜ਼ਤ ਕਰਦੇ ਸੀ, ਧੀਆਂ ਭੈਣਾਂ ਦੀ ਇੱਜ਼ਤ ਦੇ ਸੀ। ਜਿਹੜਾ ਜੈਲ ਸਿੰਘ ਵਜ਼ੀਰ ਬਣਿਆ, ਜੈਲ ਸਿੰਘ, ਹਾਂ ਉਹ ਮੇਰੇ ਬੰਦੇ ਦਾ ਭਰਾ ਸੀ, ਕੈਦ ਰਹੇ ਸੀ, ਉਹਨੇ ਢਾਈ ਸਿਪਾਰੇ ਪੜ੍ਹਾਏ ਸੀ ਜੈਲ ਸਿੰਘ ਕੁਰਾਨ ਵਜ਼ੀਰ। ਤੇ ਉਹ ਆਉਂਦਾ ਹੁੰਦਾ ਸੀ, ਮੈਨੂੰ ਤਾਂ ਚੌਰੀ ਕੁਰਾਨ ਵਜ਼ੀਰ ਤਾਰ ਗਿਆ, ਮੈਂ ਅਨਪੜ੍ਹ ਬੰਦਾ ਵਜ਼ੀਰ ਬਣ। ਵਾਹ ਜੀ ਵਾਹ ਵਾਹ। ਉਹਨੇ ਕੋਠੇ ਤੇ ਰੱਖਿਆ ਸੀ ਕੁਰਾਨ ਮਜੀਦ, ਉੱਤੇ ਪੜ੍ਹਦਾ ਸੀ ਜ਼ੈਲ ਸਿੰਘ ਜਿਹੜਾ, ਜ਼ੈਲ ਸਿੰਘ ਸੀ। ਉੱਤੇ ਪੱਖਾ ਲੈ, ਮੱਖੀ ਨਹੀਂ ਬਹਿਣਦੇ, ਸਾਡੇ ਤਾਂ ਇੱਜ਼ਤ ਨਹੀਂ ਕਰਦੇ ਕੁਰਾਨ। ਅੱਛਾ ਅੱਛਾ ਅੱਛਾ। ਉਹਨੂੰ ਢਾਈ ਸਪਾਰੇ ਜ਼ੈਲ ਸਿੰਘ ਨੂੰ ਕਿੰਨੇ ਪੜਾਇਆ ਸੀ? ਮੇਰੇ ਮੰਮੀ ਚੌਧਰੀ ਮੁਹੰਮਦ ਹੁਸੈਨ ਨੇ, ਉਹ ਵੀ ਜੇਲ੍ਹ ਚ ਉਹਨਾਂ ਦੇ ਨਾਲ ਕੈਦ ਰਾਜੀ ਨਾਲ ਕਰ ਲਿਆ ਸੀ। ਇਹ ਰਾਜੇ ਨੇ ਇਹਨਾਂ ਦੋ ਨੂੰ ਕੈਦ ਕਰ ਲਿਆ ਸੀ? ਇੱਕ ਇਹ ਸੀ ਤੇ ਇੱਕ ਬੱਲਿਆ ਹੈਗਾ ਸੀ ਮੁੰਡਾ ਬੈਦੁੱਲਾ, ਅਬੈਦੁੱਲਾ ਕਾਜੀ ਉਹਨਾਂ ਨੂੰ ਆਉਂਦੇ ਸੀ, ਉਹ ਸੀ। ਅੱਛਾ 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 ਅੱਛਾ। ਰਾਜੇ ਨੇ ਇਹਨਾਂ ਨੂੰ ਕਿਉਂ ਕੈਦ ਕੀਤਾ ਸੀ? ਇਹ ਆਉਂਦੇ ਸੀ ਕਾਂਗਰਸ ਦੇ ਨਾਲ, ਤੁਸੀਂ ਨਾ ਰਹੋ ਇਹਦੇ ਨਾਲ, ਮੰਗਲੀ ਜਨਾ ਨਾਲ ਨਾ ਮੰਗਲ। ਕੌਣ ਕਹਿੰਦੇ ਸੀ? ਰਾਜਾ ਕਹਿੰਦਾ, ਰਾਜਾ ਕਹਿੰਦਾ ਸੀ ਵੀ ਤੁਸੀਂ ਮੁਹੰਮਦ ਅਲੀ ਜਿਨ੍ਹਾਂ ਦੇ ਨਾਲ ਨਾ ਰਲੋ, ਨਾ ਉਹਦੀ ਮਦਦ, ਤੇ ਮੁਸਲਿਮ ਲੀਗ ਬਣਾਓ। ਮੁਸਲਿਮ ਲੀਗ? ਮੁਸਲਿਮ ਲੀਗ ਨਾਲ ਸੀ ਨਾਲ। ਕੌਣ? ਚੌਧਰੀ ਮੁਹੰਮਦ ਹੁਸੈਨ। ਅੱਛਾ ਤੇ ਜ਼ੈਲ ਸਿੰਘ ਨੂੰ ਫਿਰ ਕਿਉਂ ਕੈਦ ਕੀਤਾ ਸੀ ਨਾਲ? ਉਹਨਾਂ ਨੇ ਕਿਹਾ ਇਹਨਾਂ ਦਾ ਬੇਲੀ ਇਹਨਾਂ ਦੇ ਨਾਲ ਕੋਈ। ਅੱਛਾ ਅੱਛਾ। ਚੌਧਰੀ ਮੁਹੰਮਦ ਹੁਸੈਨ ਦੇ ਨਾਲ ਜ਼ੈਲ ਸਿੰਘ ਨੂੰ ਇਸ ਪਰ ਉਹ ਕੈਦ ਕਰਤਾ ਵੀ ਉਹਨਾਂ ਨੇ ਕਿਹਾ ਵੀ ਇਹ ਚੌਧਰੀ ਮੁਹੰਮਦ ਹੁਸੈਨ ਤੇ ਜ਼ੈਲ ਸਿੰਘ ਆਪਸ ਬੇਲੀ ਨੇ। ਠੀਕ ਹੈ। ਇਹ ਰਾਜੇ ਨੇ ਕੈਦ ਕਰਤੇ ਦੋਵੇਂ, ਕਿਹੜੀ ਜੇਲ ਚ ਕੀਤੇ ਸੀ? ਫਰੀਦਕੋਟ ਦਾ ਫਿਰ ਜੇਲ ਜੇਲ ਸੀ ਫੋਟੋ, ਮੈਨੂੰ ਕੀ ਪਤਾ। ਫਰੀਦਕੋਟ ਵਾਲੀ ਜੇਲ ਚ ਕਰਤਾ ਸੀ? ਫਰੀਦਕੋਟ ਹੀ ਸਾਡੇ ਵੱਡੀ, ਉੱਥੇ ਫਾਸੀ ਆਉਂਦੇ ਸੀ, ਉੱਥੇ ਕੈਦ ਕਰਦੇ ਸੀ। ਅੱਛਾ 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 ਅੱਛਾ। ਫਿਰ ਜਦੋਂ ਇਹ ਕੈਦ ਸੀ ਚੌਧਰੀ ਮੁਹੰਮਦ ਹੁਸੈਨ ਤੇ ਜ਼ੈਲ ਸਿੰਘ, ਉੱਥੇ ਢਾਈ ਸਪਾਰੇ ਕੁਰਾਨ ਦੇ ਪੜਾਏ? ਉਹਨੇ ਜ਼ੈਲ ਸਿੰਘ ਨੂੰ ਪੜ੍ਹੇ। ਅੱਛਾ, ਜ਼ੈਲ ਸਿੰਘ ਨੇ ਚੌਧਰੀ ਮੁਹੰਮਦ ਹੁਸੈਨ ਕੋਲੋਂ? ਵਾਹ ਜੀ ਵਾਹ, ਕਿਆ ਬਾਤ। ਉਹ ਆਂਦਾ ਸੀ ਪੁੱਤ, ਉਹ ਆਂਦੇ ਸੀ ਮੈਨੂੰ ਤਾਰਨ ਵਾਲਾ ਤਾਰ ਗਿਆ, ਮੈਂ ਤਾਂ ਪਰ ਬੰਦਾ, ਮੈਂ ਕਿੱਥੋਂ ਤਾਂ ਵੀ ਪੜਿਆ। ਅੱਛਾ, ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ, ਜ਼ੈਲ ਸਿੰਘ ਨੂੰ ਜਿਹੜੇ ਪੜ੍ਹਾਏ ਤੇ ਫਿਰ ਜੇਲ੍ਹ ਚੋਂ ਛੁੱਟ ਕੇ ਆ ਗਏ, ਤੇ ਇਹਨਾਂ ਦਾ ਬਿਲੱਪਾ ਉਵੇਂ ਹੀ ਰਿਹਾ ਆਪਸ ਚ ਦੋਸਤੀ? ਉਹ ਇੱਥੇ ਆਉਂਦਾ ਰਿਹਾ ਪੁੱਤ, ਇੱਥੇ ਉਹਨਾਂ ਦਾ ਨਹਾਉਣ ਆਉਂਦੇ ਹੁੰਦੇ ਸੀ ਅੰਮ੍ਰਿਤਸਰ, ਫਿਰ ਮਿਲ ਕੇ ਜਾਂਦੇ ਹੁੰਦੇ ਸੀ। ਨਨਕਾਣਾ ਸਾਹਿਬ ਵੀ ਆਉਂਦਾ ਰਿਹਾ ਬਾਅਦ ਚ? ਹਾਂ, ਤੇ ਨਹੀਂ ਹੈਰ ਤੇ ਕਈ ਵਾਰੀ ਮਿਲ ਕੇ ਗਿਆ ਸੀ। ਅੱਛਾ, ਫਿਰ ਉਹਨੂੰ ਕੁਰਾਨ ਪੜ੍ਹਾ ਤਾ ਢਾਈ ਸਵਾਰੇ, ਉਹਨੇ ਕੁਰਾਨ ਫਿਰ ਆਪਣੀ ਚੁਬਾਰੇ ਤੇ ਰੱਖ ਲਿਆ? ਚੁਬਾਰੇ ਚ ਉਹ ਨਹੀਂ ਉੱਤੇ ਰੱਖਦਾ ਸੀ, ਉਹ ਨਹੀਂ ਸੀ ਉੱਤੇ ਪੈਰ ਜਾਂਦੇ। ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ 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 ਅੱਛਾ, ਠੀਕ ਹੈ। ਉਹ ਬਾਅਦ ਚ ਫਿਰ ਕੋਈ ਵੱਡਾ ਬੰਦਾ ਬਣ ਗਿਆ ਸੀ ਵਜ਼ੀਰ? ਤੇ ਵਜ਼ੀਰ ਹੋ ਗਿਆ ਅਮੀਰ ਜੀ ਦਾ, ਕਿੰਨਾ ਚਿਰ ਬਾਦਸ਼ਾਹ। ਹਿੰਦੁਸਤਾਨ ਦੇ ਵਿੱਚ ਬਾਅਦ ਚ ਵੱਡਾ ਅਹੁਦਾ ਉਹਨੂੰ ਮਿਲਿਆ, ਇਹ ਤੁਹਾਡੇ ਮੀਆਂ ਜਿਹੜੇ ਨੇ ਤੁਹਾਡੇ ਚੌਧਰੀ ਮੁਹੰਮਦ ਹੁਸੈਨ ਸਾਹਿਬ, ਉਹਨਾਂ ਦਾ ਬੇਲੀ ਸੀ। ਅੱਛਾ, ਬੜੀ ਗਰੀਬੀ ਸੀ, ਅੱਲਾ ਨੇ। ਜ਼ੈਲ ਸਿੰਘ ਰੀਲੋਹਾਰ ਸੀ? ਹਾਂ, ਲੋਹਾਰ। ਗਰੀਬੀ ਵੀ ਸੀ, ਬਾਅਦ ਚ ਅੱਲਾ ਨੇ ਬਾਹ ਫੜ ਲਈ। ਅੱਛਾ, ਹੁਣ ਤਾਂ ਉੱਥੇ ਸੰਧਵੀ ਉਹਨੇ ਸਟੇਸ਼ਨ ਬਣਵਾਇਆ ਹੋਇਆ ਸੀ। ਅੱਛਾ, ਜਿਹੜਾ ਜ਼ੈਲ ਸਿੰਘ ਸੀ ਇਹ ਸੰਧਵੀ ਦੇ ਰਹਿਣ ਵਾਲਾ ਸੀ? ਸੰਧਵਾਂ ਦੇ ਰਹਿਣ ਵਾਲਾ ਸੀ। ਅੱਛਾ, ਹੁਣ ਤੁਹਾਨੂੰ ਕਿਹਨੇ ਦੱਸਿਆ ਸੀ ਵੀ ਸਟੇਸ਼ਨ ਬਣਾਤਾ ਉਹਨੇ ਉੱਥੇ? ਚੌਧਰੀ ਗਿਆ ਸੀ, ਚੌਧਰੀ ਮੁਹੰਮਦ ਹੁਸੈਨ ਹੋ ਕੇ ਆਇਆ ਉੱਥੇ ਦੋ ਤਿੰਨ ਵਾਰੀ ਗਿਆ, ਦੋ ਤਿੰਨ ਵਾਰੀ। ਇੱਕ ਚੰਦਾ ਸਾਹਿਬ ਡਾਕਟਰ ਹੁੰਦਾ ਸੀ, ਉਹ ਬੇਲੀ ਸੀ, ਉਹਦੀ ਬੱਚੀ ਦੀ ਸ਼ਾਦੀ ਸੀ, ਉਦੋਂ ਗਿਆ ਸੀ। ਇੱਕ ਵਾਰੀ ਮੇਰਾ ਵੱਡਾ ਬੱਚਾ ਵੀ ਏਦਾਂ ਸਾਰਾ ਸੀ, ਉਹਨੂੰ ਵੀ ਆਉਂਦੇ ਸੀ ਲਿਆ, ਉਹ ਵੀ ਗਿਆ ਸੀ। ਅੱਛਾ, ਚੰਦਾ ਸਿੰਘ ਜਿਹੜਾ ਡਾਕਟਰ ਸੀ, ਉਹਦੀ ਧੀ ਦੀ ਸ਼ਾਦੀ 'ਤੇ ਗਏ ਸੀ ਚੌਧਰੀ ਮੁਹੰਮਦ ਹੁਸੈਨ ਸਾਹਿਬ? ਪਾਕਿਸਤਾਨ ਬਣਨ ਤੋਂ ਕਿੰਨੇ ਕੁ ਸਾਲ ਬਾਅਦ 'ਚ ਗਏ ਸੀ? ਪੰਜ ਛੇ ਸਾਲ ਹੋ ਗਏ ਸੀ।
ਅੱਛਾ ਉਹ ਚੰਦਾ ਸਿਉਂ ਵੀ ਇਹਨਾਂ ਦਾ ਬੇਲੀ ਸੀ? ਹਾਂ। ਚੰਦਾ ਸਿਉਂ ਕਿਹੜੀ ਜਗ੍ਹਾ ਰਹਿੰਦਾ ਸੀ? ਉਹ ਉੱਥੇ ਰਹਿੰਦਾ ਸੀ ਚੌਰੀ ਦੀ ਦੁਕਾਨ ਤੇ, ਉਹਦੀ ਦੁਕਾਨ ਉੱਥੇ ਡਾਕਟਰੀ ਦੀ ਸੀ। ਇੱਕ ਪਾਸੇ ਇਹਨਾਂ ਦੇ ਨਵੇਂ ਸਾਈਕਲਾਂ ਵਾਲੀ ਦੁਕਾਨ ਸੀ, ਇੱਕ ਪਾਸੇ ਉਹਦੀ ਡਾਕਟਰੀ ਵਾਲੀ ਦੁਕਾਨ ਸੀ। ਇਹ ਆਪਸ ਬੇਲੀ ਬਣ ਗਏ। ਬਹੁਤ ਬਹੁਤੇ ਇੱਜ਼ਤ ਕਰਦੇ ਸੀ ਉਦੋਂ ਹਿੰਦੂ, ਬਹੁਤ ਇੱਜ਼ਤ ਕਰਦੇ ਸੀ। ਆਹ ਜਿਹੜਾ ਜੈਲ ਸਿੰਘ ਵਜ਼ੀਰ ਬਣਿਆ, ਇਹਨੇ ਬਾਹਰ ਜਾਣਾ ਕੁੜੀਆਂ ਨੂੰ ਆਖਣਾ ਹੱਸਦੀਆਂ ਨੇ, ਜਾ ਮੱਥੇ 'ਤੇ ਤੇਲ ਵੀ ਪਾ ਕੇ ਜਾ, ਸੁਰਮਾ ਨਹੀਂ ਪਾਉਣ ਦਿੰਦਾ ਸੀ, ਸਵਾਲ ਨਹੀਂ ਖੁੱਲ੍ਹੇ ਰਹਿਣ ਦਿੰਦਾ ਸੀ। ਅੱਛਾ, ਇਹਨੇ ਬੜੀ ਪਾਪ ਧੀਆਂ ਬਾਹਰ ਜਾਣ ਦਾ ਹੱਸਣ ਨਾ, ਵੇਖ ਕੇ ਅਗਲਾ ਆਉਂਦਾ ਕਦੇ ਸਾਡੇ ਵੱਲ ਨਹੀਂ ਹੱਸਦੀਆਂ। ਖਾਨਦਾਨੀ ਬੰਦਾ ਸੀ, ਕੁੜੀਆਂ ਨੂੰ ਕਹਿੰਦਾ ਸੀ ਵੀ ਤੁਸੀਂ ਹੱਸਣਾ ਵੀ ਨ਀ ਬਾਹਰ ਨਿਕਲਣਾ ਤੇ ਸੁਰਮਾ ਵੀ ਨੀ ਪਾਉਣਾ, ਭਾਵੇਂ ਉਹ ਮੁਸਲਮਾਨਾਂ ਦੀਆਂ ਹੋਣ ਤੇ ਭਾਵੇਂ ਸਿੱਖਾਂ ਦੀਆਂ। ਇਹ ਤਾਂ ਸਿੱਖ ਸੀ ਨਾ? ਹਾਂ, ਭਾਵੇਂ ਮੁਸਲਮਾਨਾਂ ਦੀਆਂ ਹੋਣ ਤੇ ਭਾਵੇਂ ਸਿੱਖਾਂ ਦੀਆਂ ਹੋਣ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਅੱਛਾ, ਫਿਰ ਇਹ ਜਦੋਂ ਜੇਲ੍ਹ ਚੋਂ ਛੁੱਟ ਕੇ ਆਏ ਨੇ, ਫਿਰ ਕਿੰਨਾ ਕਰਸਾ ਬਾਅਦ ਪਾਕਿਸਤਾਨ ਬਣਿਆ? ਸਿੱਖ ਮਾਰਦੇ ਸੀ ਤੇ ਚੂੜੇ ਬੌਲਦੇ ਮਾਰਦੇ ਸੀ, ਜਿਹੜੇ ਖੱਤਰੀ ਉਹਨੂੰ ਮਾਰਦੇ ਸੀ। ਅੱਛਾ, ਹਮਲੇ ਘਣੇ ਸਿੱਖਾਂ ਨੇ ਕੀਤੇ? ਹਾਂ, ਸਿੱਖਾਂ ਨੇ। ਤੇ ਇਹ ਜ਼ੈਲ ਸਿੰਘ ਦੱਸ ਦਿੰਦਾ ਸੀ ਵੀ ਅੱਜ ਜਿਹੜਾ ਅੱਜ ਪਾਸੇ ਹੋ ਜਾਓ ਜਾਂ ਚਲੇ ਜਾਓ ਜਾਂ ਸਾਰੀ ਖਬਰ ਦਿੰਦਾ। ਤੇ ਉਹ ਚੂੜੇ ਵੀ ਨਾਲ ਰਲ ਗਏ ਸੀ ਉਹਨਾਂ ਦੇ ਹਮਲਾ ਕਰਨ ਵਾਲਿਆਂ ਦੇ? ਉਹ ਲੁੱਟਾਂ ਨੇ ਚੂੜੇ ਰਲ ਗਏ ਸੀ, ਕਿਸੇ ਦਾ ਕੁਛ ਵੀ ਨਹੀਂ ਛੱਡਿਆ ਸੀ, ਮਈਆਂ ਲੈ ਗਏ, ਖੋਲ ਕੇ ਘਰ ਲੁੱਟ ਕੇ ਲੈ ਗਏ। ਚੂੜੇ ਘਣੇ ਲੁੱਟਣ ਪਰ ਉਹ ਨਾਲ ਰਲ ਗਏ ਵੀ ਮੌਕਾ ਮਿਲ ਗਿਆ ਲੁੱਟ ਲਈਏ। ਚੂੜੇ ਤੇ ਸਿੱਖ ਤੇ ਬੌਲੀਏ ਲੁੱਟਦੇ ਸੀ ਨਾ, ਸਰਦਾਰ ਲੁੱਟਦੇ ਸੀ ਤੇ ਨਾ। ਅੱਛਾ, ਸਰਦਾਰ ਜਿਹੜੇ ਨੇ ਵੱਡੇ ਖਾਨਦਾਨੀ ਲੋਕ ਜਿਹੜੇ ਸੀ ਉਹ ਹਮਲਿਆਂ 'ਚ ਸ਼ਾਮਲ ਨਹੀਂ ਹੋਏ? ਚੂੜੇ ਬੌਲਦੇ ਲੁੱਟਦੇ ਸੀ, ਕਿਸੇ ਦਾ ਛੱਡਿਆ, ਦੁਨੀਆਂ ਬੜੀ ਮਾਰੀ ਸੀ। ਅੱਛਾ 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 ਅੱਛਾ। ਆਪਸ 'ਚ ਵਿਆਹ ਸ਼ਾਦੀਆਂ 'ਤੇ ਆਉਣ ਜਾਣ ਹੈ ਸੀ ਕੋਈ? ਵਰਤਦੇ ਸੀ, ਮਿਲਣ ਵਰਤਦੇ ਸੀ ਜਿਹੜੇ ਸੀ ਨਾ ਹਿੰਦੂ ਅਤੇ ਸਰਦਾਰ, ਉਹਨਾਂ ਦੀ ਆਪ 'ਚ ਲੱਗੀ ਰਹਿੰਦੀ ਸੀ, ਉਹ ਨਹੀਂ ਸੀ ਬੋਲ, ਉਹ ਲੜਦੇ ਸੀ, ਹੋਰ ਨਾ ਕੋਈ ਚੂੜਾ ਨਾ ਕੋਈ ਬੌਲ, ਆਪ ਨਹੀਂ ਲੜਦੇ। ਜਿਹੜੇ ਉੱਥੋਂ ਦੇ ਹਿੰਦੂ ਸੀ ਅਤੇ ਸਰਦਾਰ ਸੀ, ਉਹਨਾਂ ਦੀ ਆਪਸ 'ਚ ਕੋਈ ਦੁਸ਼ਮਣੀ ਸੀ? ਜਾਇਦਾਦਾਂ ਪਿੱਛੇ, ਜਾਇਦਾਦਾਂ ਪਿੱਛੇ। ਇਹ ਕਿਹੜੇ ਆਪਣੇ ਸੰਧਵੀ ਪਿੰਡ ਦੀਆਂ ਗੱਲਾਂ ਕਰ ਰਹੇ ਹੋ ਜਾਂ ਕੋਟ ਕਪੂਰੇ ਦੀਆਂ? ਸੰਧਵੀ, ਸੰਧਵੀ ਪਿੰਡ, ਸਰਦਾਰ ਤੇ ਹਿੰਦੂਆਂ ਦੀ ਆਪਸ ਹੈ ਸੀ, ਜਾਇਦਾਦਾਂ ਦੇ ਰੋਲੇ ਸਨ। ਠੀਕ ਹੈ, ਠੀਕ ਹੈ। ਤੇ ਸ਼ਾਦੀ ਵਿਆਹਾਂ ਦੀ ਆਪਣੀ ਗੱਲ ਹੋ ਰਹੀ ਸੀ, ਸ਼ਾਦੀ ਵਿਆਹਾਂ ਦੇ ਕਿਵੇਂ ਮਿਲਣ ਵਰਤਨ ਸੀ? ਕੌਣ? ਸਰਦਾਰ। ਅੱਛਾ, ਚੂੜਿਆਂ ਦੀ ਆਪਦੀ ਸੀ, ਗੌਰੀਆਂ ਦੀ ਆਪਦੀ ਸੀ, ਸਰਦਾਰਾਂ ਦੀ ਆਪਦੀ ਸੀ, ਹਿੰਦੂਆਂ ਦੀ ਆਪਦੀ ਸੀ, ਠੀਕ ਹੈ, ਠੀਕ ਹੈ, ਠੀਕ ਹੈ। ਤੇ ਮੁਸਲਮਾਨਾਂ ਦੀ ਸ਼ਾਦੀਆਂ 'ਤੇ ਆ ਜਾਂਦੇ ਸੀ ਸਿੱਖ? ਅਗਲੇ ਰੋਟੀਆਂ ਦਿੰਦੇ ਸੀ, ਅਗਲੇ ਸਭ ਕੁਛ ਦਿੰਦੇ ਸੀ, ਰੋਟੀਆਂ ਵੀ ਦਿੰਦੇ ਸੀ। ਹਾਂ, ਹਿੰਦੂ ਆਪਣੇ ਵਰਤਦੇ ਸੀ, ਧੀਆਂ ਭੈਣਾਂ ਨੂੰ, ਧੀਆਂ ਨੂੰ ਸਮਝਦੇ ਸੀ। ਅੱਛਾ ਅੱਛਾ, ਅਤੇ ਜਿਹੜੇ ਮੁਸਲਮਾਨ ਜਾਂਦੇ ਸੀ, ਮੁਸਲਮਾਨ ਵੀ ਉਹਨਾਂ ਦੀ ਸ਼ਾਦੀਆਂ 'ਤੇ ਚਲੇ ਜਾਂਦੇ ਸੀ? ਮੁਸਲਮਾਨ ਜਾਂਦੇ ਰਹਿੰਦੇ ਸੀ, ਜਦੋਂ ਲੈਣਾ ਦੇਣਾ ਸੀ, ਕਈ ਨਹੀਂ ਖਾਂਦੇ ਸੀ ਹਿੰਦੂ ਜਿਹੜੇ ਇਹ ਹੁਣ ਪੜ੍ਹਦੇ ਸੀ ਮੁੰਡੇ। ਅੱਛਾ, ਇਹ ਦੱਸੋ ਵੀ ਜਿਹੜਾ ਜ਼ੈਲ ਸਿੰਘ ਸੀ ਅਤੇ ਚੌਧਰੀ ਮੁਹੰਮਦ ਹੁਸੈਨ, ਇਹ ਇਕੱਠੇ ਬਹਿ ਕੇ ਖਾ ਲੈਂਦੇ ਸੀ ਰੋਟੀ? ਆਪਾਂ ਨੂੰ ਨਹੀਂ ਪਤਾ, ਰਿਆਸਤ ਚ ਫਿਰ ਇਲੈਕਸ਼ਨ ਹੋਇਆ ਹੀ ਨਹੀਂ ਹੋਣਾ, ਉੱਥੇ ਤਾਂ ਕੋਈ ਨਹੀਂ ਹੁੰਦੇ।
ਆਉਂਦੇ ਨੇ ਵੀ ਪਾਕਿਸਤਾਨ ਬਣਨ ਤੋਂ 2 ਸਾਲ ਪਹਿਲੇ ਇੱਕ ਵੋਟ ਪਏ ਸੀ, ਅਸੀਂ ਤਾਂ ਨਹੀਂ ਸੁਣੇ ਖੋਰ, ਅਸੀਂ ਅਸੀਂ ਕੋਟ ਕਪੂਰੇ ਚ ਇਸ ਤਰ੍ਹਾਂ ਦਾ ਕੋਈ ਹਾਲਾਤ ਨਹੀਂ ਸੀ। ਅੱਛਾ ਫਿਰ ਕਿਵੇਂ ਕਿਵੇਂ ਪਤਾ ਲੱਗਿਆ ਵੀ ਹੁਣ ਪਾਕਿਸਤਾਨ ਬਣਨਾ ਹੈ, ਇੱਥੋਂ ਜਾਣਾ ਪੈਣਾ? ਉੱਥੇ ਇੱਕ ਹੁੰਦੀ ਸੀ ਰੇਡੀਓ, ਰੇਡੀਓ ਹੁੰਦਾ ਸੀ, ਉਹਦੇ ਵਿੱਚ ਖਬਰਾਂ ਆਉਂਦੀਆਂ ਤੇ ਲੋਕਾਂ ਨੂੰ ਇਕੱਠਿਆ ਹੋ ਕੇ ਸੁਣਨੀਆਂ। ਅੱਛਾ, ਬੜੀ ਦੁਨੀਆਂ ਇਕੱਠੀ ਹੁੰਦੀ, ਇੱਕ ਅੱਧਾ ਹੀ ਹੁੰਦਾ ਸੀ ਸਟੇਸ਼ਨ ਤੇ ਲੱਗਿਆ ਹੁੰਦਾ। ਫਿਰ ਐਲਾਨ ਹੋ ਗਿਆ ਵੀ ਆ ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਬਣ ਗਿਆ, ਉਦੋਂ ਪਤਾ ਕਿ ਕੁਛ ਨਹੀਂ, ਪਤਾ ਕੋਈ ਨਹੀਂ ਸੀ। ਰੇਡੀਓ ਤੇ ਦੱਸਦੇ ਸੀ ਵੀ ਪਾਕਿਸਤਾਨ ਬਣਨਾ। ਅੱਛਾ, ਫਿਰ ਇਹ ਵੀ ਦੱਸਦੇ ਸੀ ਵੀ ਮੁਸਲਮਾਨਾਂ ਨੇ ਇੱਥੋਂ ਉੱਠ ਜਾਣਾ ਤੇ ਹੋਰ ਮੁਸਲਮਾਨ ਜਾਂਦੇ ਰਹਿਣਗੇ। ਮੁਸਲਮਾਨ ਨੂੰ ਲੱਭ ਲਿਆ ਸੀ, ਅਸੀਂ ਜਾ ਨਹੀਂ ਦੇਣਾ, ਬੜੀ ਚਬਾਰੇ ਜੁੜੇ ਜੁੜੇ ਮੁਰਦੇ ਨੇ ਤੇ ਦੇਖ ਲਓ। ਅੱਛਾ, ਸਾਡੇ ਕੋਲ ਭੱਟੀਆਂ ਸੀ ਜਿੱਥੋਂ ਦੇ ਹਜ਼ਾਤ ਸੀ, ਉੱਥੇ ਗੱਡੇ ਭਰੇ ਅੱਗ ਲਾ ਦਿੱਤੀ ਸੀ, ਗੱਡਿਆਂ ਸੜਦੇ ਸੀ, ਜਿਵੇਂ ਦੁਨੀਆਂ ਵੇਹਦੀ ਸੀ, ਸਭ ਸਮਾਨ ਸਾਲ ਕੁੜੀ ਇੱਕ ਨਹੀਂ ਆਉਣ ਦਿੱਤੀ ਸੀ ਉੱਥੇ। ਅੱਛਾ, ਇਹ ਦੱਸੋ ਜਿਸਲੇ ਕਿਹਾ ਵੀ ਸਾਰਿਆਂ ਨੇ ਇੱਥੋਂ ਛੱਡ ਕੇ ਚਲੇ ਜਾਣਾ ਤੇ ਆਪਦੀ ਜਾਇਦਾਦ ਛੱਡਣਾ ਤਾਂ ਬੜਾ ਔਖਾ ਹੁੰਦੀ। ਮਾਰੀ ਦੇ ਛੱਡਦੇ ਸੀ, ਹਾਂ ਜਦੋਂ ਵੱਡੋ ਟੁੱਟੀ ਹੁੰਦੀ ਸੀ ਉਦੋਂ, ਜਿਹੜੇ ਫਰੀਦਕੋਟ ਸੀ ਨਾ, ਉਹ ਤਾਂ ਪਹਿਲੋਂ ਨਿਕਲ ਗਿਆ। ਸਾਡਾ ਵਜ਼ੀਰ ਹੁੰਦਾ ਸੀ ਰਾਣੀ, ਰਾਣੀਆਂ ਵਾਲੇ ਦਾ, ਅੱਛਾ ਉਹਨੂੰ ਪਤਾ ਲੱਗ ਗਿਆ ਸੀ, ਉਹਨੇ ਪਹਿਲਾਂ ਹੀ ਕੱਢਤੇ ਸੀ। ਅੱਛਾ, ਫਰੀਦਕੋਟ ਪਹਿਲਾਂ ਹੀ ਨਿਕਲ ਆਇਆ ਸੀ, ਫਿਰ ਇਹਨੇ ਪਰਲੇ ਰਾਹ ਪਾ ਦਿੱਤੇ ਮੁਸਲਮਾਨ, ਚਾਰ ਪੰਜ ਦਿਨ ਭੁੱਖੇ, ਕੋਈ ਪੜਦੇ ਟਾਹਲੀਆਂ ਦੇ ਪੱਤੇ ਤੋੜ ਕੇ ਖਾਵੇ, ਕੋਈ ਕੁਛ ਖਾਵੇ। ਇਹ ਫਿਰ ਜਦੋਂ ਮੁੜੇ ਤੇ ਰਾਜੇ ਨੇ ਸੈਂਫੀਆਂ ਪਾ ਕੇ ਤੇ ਦੇਗਾ ਚੌਲਾਂ ਦੀ ਮਿਲਾ ਤੀ, ਦੁਨੀਆਂ ਨੇ ਭੁੱਖੇ ਮਰਦਿਆਂ ਨੇ ਖਾ ਲਈ, ਜਾ ਹੋਇਆ ਇੱਕ ਇੱਕ ਕਬਰ 'ਚ ਚਾਰ ਚਾਰ ਪਾਏ, ਇੰਨੀ ਦੁਨੀਆਂ ਮਰੀ ਹੈ ਤਾਂ ਆਉਂਦੀ ਵੇਖਣ ਦੀ। ਰਾਜੇ ਨੇ ਜ਼ਹਿਰ ਮਿਲਾ ਕੇ ਤੇ ਦੇਗਾਂ ਪਕਾ ਕੇ ਘਲਤੀਆਂ ਸੀ, ਉੱਥੇ ਵੰਡ ਦਿੱਤੀਆਂ। ਜਦੋਂ ਮੁੜ ਕੇ ਆਏ ਪਰੇ ਮੁਕਤਸਰ ਵਾਲੀਆਂ ਦੁਨੀਆਂ, ਅੱਛਾ ਉੱਧਰ ਵੱਡਾ ਟੁੱਕੀ ਕਰਕੇ ਤੇ ਫਿਰ ਉੱਧਰ ਮੋਲ, ਫਿਰ ਉੱਧਰ ਫਰੀਦਕੋਟ ਦੇ ਰਾਹ ਪਾ ਤੀ, ਫਿਰ ਉੱਥੇ ਦੁਨੀਆਂ ਨੇ ਦੁਨੀਆਂ ਮਰੀ ਹੈ, ਘਰਾਂ ਦੇ ਘਰ ਮਰ ਗਏ, ਘਰਾਂ ਦੇ ਘਰ ਹੀ ਮਰ ਗਏ। ਮੇਰੇ ਇੱਕ ਜੇਠ ਮਰਿਆ, ਇੱਕ ਉਹਦਾ ਇੱਕੋ ਪੁੱਤ ਸੀ ਸਾਰੀ ਉਮਰ ਪਿੱਛੋਂ ਉਹ ਮਰਿਆ, ਉਹਦੀ ਇੱਕ ਮੇਰੀ ਸੱਸ ਮਰੀ, ਇੱਕ ਉਹਦਾ ਜਵਾਈ ਮਰਿਆ, ਇੱਕ ਉਹਦੀ ਧੀ ਮਰੀ, 8-10 ਵੀ ਕੇ ਕਰਦੇ ਮਰੇ। ਇੱਥੇ ਖੂਨੀ ਕਿੱਥੇ ਪਏ ਛੱਡ ਆਉਂਦੇ ਸੀ, ਸਿੱਖਾਂ ਨੇ ਆਉਣਾ ਉੱਥੇ ਮਰੇ ਪਏ ਹੁਣ, ਸਿੱਖ ਆਉਣਾ ਲਾਲਾ ਲਾਲਾ ਕਰਦੀ ਮਰਿਆ ਨੂੰ ਛੱਡ ਕੇ ਬਾਹਰ। ਅੱਛਾ, ਪਹਿਲੇ ਜਿਹੜੇ ਨੇ ਫਰੀਦਕੋਟ ਦੇ ਲੋਕ, ਇਹਨਾਂ ਨੂੰ ਪਰਾਂ ਕੱਢ ਦਿੱਤਾ ਸੀ ਮੁਕਤਸਰ ਵੱਲ? ਨਹੀਂ, ਇਹਨਾਂ ਨੂੰ ਇੱਧਰ ਹੈਡ ਵੱਲ, ਹੈਡ ਵੱਲ ਕੱਢਿਆ। ਰਾਜੇ ਦਾ ਵਜ਼ੀਰ ਸੀ ਨਾ ਸਾਡਾ ਰਾਣੀ, ਉਹਨਾਂ ਕੀ ਨਾਂ ਸੀ? ਇਸਮਾਇਲ ਸੀ, ਖਬਰਾਂ ਉਹਦਾ ਮੇਰੇ ਪੁੱਤ ਨੂੰ ਪਤਾ ਹੋਊਗਾ। ਅੱਛਾ, ਇਸਮਾਇਲ ਉਹਦਾ ਨਾਂ ਸੀ, ਉਹਨੇ ਦੱਸਤਾ ਵੀ ਆਪਣੇ ਤੇ ਹਮਲੇ ਹੋਣੇ ਨੇ, ਨਿਕਲ ਚੱਲੋ। ਅੱਛਾ, ਨਿਕਲ ਗਿਆ ਫਰੀਦਕੋਟ। ਉੱਥੇ ਬਾਹਰ ਮੁਸਲਮਾਨ ਸੀ ਫਰੀਦਕੋਟ ਵਿੱਚ, ਉਹ ਤਾਂ ਨਿਕਲ ਗਿਆ ਤੇ ਬਾਕੀ ਜਿਹੜੇ ਪਿੰਡਾਂ ਦੇ ਲਾਮੇ ਆਮੇ ਦੇ ਹੈ ਸੀ, ਕੋਈ ਨਹੀਂ ਪੁੱਤ, ਕੋਈ ਵਿਰਲਾ ਹੀ ਆਇਆ, ਵਿਰਲਾ ਹੀ ਕੋਈ ਆਇਆ, ਘਣੇ ਮਰ ਗਏ, ਕੋਈ ਹਮਲੇ ਕਰਕੇ ਮਰੇ ਤੇ ਕੋਈ ਤੁਸੀਂ ਦੱਸਦੇ ਪਏ ਉਹ ਵੀ ਹੈਜੇ ਨਾਲ, ਬਾਹਰੀ ਦੁਨੀਆ ਮਰੀ ਹੈਜੇ ਨਾਲ, ਫਿਰ ਮਰਦੇ ਸੀ 8-10 ਦੇ ਨਾਲ, ਉਹ ਲੈ ਕੇ ਖਾਈ ਪਰ ਆ ਜਾ। ਤੁਸੀਂ ਘਰੋਂ ਕਿਸ ਕ ਟਾਈਮ ਨਿਕਲੇ ਸੀ? ਅਸੀਂ ਬੱਲੇ ਸੁਬਾਹ ਦੇ ਟਾਈਮ, ਸੁਬਾਹ ਦੇ ਟਾਈਮ ਤੇ ਰਾਤ ਨੂੰ ਹੀ ਦੱਸਤਾ ਸੀ ਵੀ ਸਵੇਰੇ ਨਿਕਲ ਜਾਣਾ। ਆ ਕੋਈ ਸਿਆਣੇ ਤੇਰੇ ਵਰਗੇ ਪਹਿਲੋਂ ਜਦੋਂ ਹੋਇਆ ਲੈਣ ਉਦੋਂ ਨਿਕਲ ਆਏ, ਤੇ ਕਈਆਂ ਦੇ ਸੀ ਜਾਇਦਾਦ ਤਾਂ ਛੱਡ ਕੇ ਜਾਈ, ਐਵੇਂ ਗੱਲਾਂ ਕਰਦੇ, ਐਵੇਂ ਦੁਨੀਆਂ ਗੱਲਾਂ ਕਰਦੀ, ਗੱਲਾਂ ਕਰਦੀ, ਜਾਇਦਾਦ ਤਾਂ ਛੱਡ ਕੇ ਘਰ ਬਾਹਰ ਛੱਡ ਕੇ ਜਾਈ, ਉਹ ਮਾਰੇ ਗਏ। ਅੱਛਾ ਅੱਛਾ ਅੱਛਾ, ਗੱਲ ਆਦੀਆਂ ਸੀ ਉਹਨਾਂ ਨੇ ਬੂਹੇ ਬੰਦ ਕਰਤੇ, ਅੱਗਾਂ ਲਾਤੀਆਂ। ਕੋਟ ਕਪੂਰੇ ਵਿੱਚ ਵੀ ਐਵੇਂ ਹੋਇਆ ਸੀ? ਕੋਟ ਕਪੂਰੇ 'ਚ ਬਾਹਲਾ ਹੋਇਆ, ਪਿੰਡਾਂ 'ਚ ਸਾਡੇ ਕੋਲ ਪਿੰਡ ਸੀ ਮੁੱਦ ਕੀ, ਉੱਥੇ ਬਹੁਤ ਨੱਥੂ ਵਾਲਾ
ਮੁਦਕੀ ਨੱਥੂ ਵਾਲਾ ਬਹੁਤ ਬੋਲਿਆ ਦੁਨੀਆਂ ਮਰੀ ਕੋਈ ਕੋਈ ਕਿਸੇ ਨੇ ਭਰੋਲੇ 'ਚ ਦੋ ਕੁੜੀਆਂ ਭਰੋਲੇ 'ਚ ਪਿਓ ਨੇ ਪਾ ਤੀਆਂ ਉਹ ਵਿਚਾਰੀਆਂ ਰਾਤ ਨੂੰ ਨਿਕਲੀਆਂ ਵਿੱਚੋਂ ਭਰੋਲੇ ਦੀਆਂ ਰਾਤ ਨੂੰ ਲੋਕ ਕਮਾਦਾ 'ਚ ਬਹਿ ਰਿਹਾ ਕਰ ਰਾਤ ਨੂੰ ਤੁਰ ਕੇ ਆਇਆ ਕਰਨ ਉਹ ਦੋ ਕੁੜੀਆਂ ਆਈਆਂ ਸੀ ਉਹਨਾਂ ਦੇ ਪਿਓ ਨੇ ਭੜੋਲੇ 'ਚ ਪਾਤੀਆਂ ਸੀ ਭੜੋਲੇ ਜਾਣੇ ਵਾਲੇ 'ਚ ਵਾਰਤਾ ਵੀ ਹਿੰਦੂ ਵਾਲੇ ਤੁਹਾਨੂੰ ਲੈ ਤਾਂ ਨਾ ਜਾਣ ਅੱਛਾ ਫਿਰ ਉਹ ਰਾਤਾਂ ਨੂੰ ਲੁੱਕ ਲੁੱਕ ਕੇ ਆਈਆਂ ਤੇ ਤੁਸੀਂ ਦੱਸਦੇ ਪਏ ਸੀ ਵੀ ਕੋਈ ਮੌਲਵੀ ਸੀ ਉਹਨੇ ਆਪਣੀਆਂ ਚਾਰ ਧੀਆਂ ਚਾਰ ਧੀਆਂ ਨੱਥੂ ਵਾਲਾ ਸੀ ਉਹਨੇ ਮਾਰ ਕੇ ਖੂਹ 'ਚ ਸਿਰ ਨੱਥੂ ਵਾਲੇ 'ਚ ਉਹਨੇ ਕਿਹਾ ਵੀ ਹਿੰਦੂ ਤਾਂ ਨਾ ਲੈ ਜਾ ਅੱਛਾ ਅੱਛਾ ਕਿੰਨਾ ਮੰਜ਼ਰ ਹੋਣਾ ਹੈ ਜਦੋਂ ਇੱਕ ਪਿਓ ਆਪਣੀਆਂ ਚਾਰ ਧੀਆਂ ਨੂੰ ਵੱਢਦਾ ਪਿਆ ਹੋਣਾ ਇੱਕ ਕੁੜੀ ਜਵਾਨ ਉਹਦੇ ਇੱਥੇ ਕੁਰਾਨ ਮਜੀਦ ਪਾਇਆ ਬੱਚਾ ਵੱਡੀ ਪਈ ਗੱਲ ਲੱਥਾ ਪਿਆ ਬੱਚਾ ਮਰੀ ਪਈ ਦੇ ਚੁੰਗੀ ਜਾ ਓਏ ਹੋਏ ਹੋਏ ਬੜਾ ਜੇ ਮੁਸੀਬਤ ਲਿਆ ਅਸੀਂ ਯਾਦ ਨਹੀਂ ਰੱਖਿਆ ਕਿ ਭੁੱਲ ਜੇ ਅਸੀਂ ਉਹ ਵਕਤ ਯਾਦ ਰੱਖਦੇ ਅਸੀਂ ਕਿਸੇ ਭੈਣ ਭਰਾ ਨਾ ਹੇਰ ਨਾ ਫੇਰ ਕਰ ਇੱਥੇ ਆ ਕੇ ਦੁਨੀਆਂ ਉਹ ਜਿਹੜੇ ਕਹਿੰਦੇ ਪਏ ਤੁਸੀਂ ਕੁੜੀ ਦਾ ਗੱਲ ਲੱਥਾ ਪਿਆ ਸੀ ਹਾਂ ਆਖੀ ਇੱਥੇ ਕੁਰਾਨ ਮਜੀਦ ਵੱਜਦੀ ਤੇ ਮਰੀ ਪਈ ਦੇ ਚੁੰਗੀ ਜਾ ਗੱਲ ਉਹਦਾ ਲੱਥਾ ਹੋਇਆ ਸੀ ਧੌਣ ਦੀ ਲਾਈ ਪਈ ਸੀ ਕੁਰਾਨ ਮਜੀਦ ਉਹਦੇ ਸੀਨੇ ਤੇ ਪਿਆ ਸੀ ਸਾਈਡ ਕੱਚ ਚ ਪਿਆ ਸੀ ਬਖਸ਼ ਜਿਹੜਾ ਪਾਇਆ ਹੁੰਦਾ ਤੇ ਬੱਚਾ ਉਹਨੂੰ ਮਰੀ ਪਈ ਚੁੰਗੀ ਜਾਂਦਾ ਸੀ ਓਏ ਹੋਏ 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 ਉਹ ਵਕਤ ਅਸੀਂ ਯਾਦ ਨਹੀਂ ਰੱਖਿਆ ਸੀ ਭੈਣਾਂ ਭਰਾਵਾਂ ਪਿਆਰ ਛੱਡ ਦਿੱਤੇ ਮਮਤਾ ਛੱਡ ਦਿੱਤੀ ਹਿਰਸ ਲੱਗ ਗਈ ਜੇ ਅਸੀਂ ਉਹ ਵਕਤ ਯਾਦ ਰੱਖਦੇ ਨਾ ਬਹੁਤ ਬੁਰੇ ਹਾਲ ਸੀ ਇਹ ਮੰਜ਼ਰ ਤੁਸੀਂ ਜ਼ਰਾ ਅੱਜ ਆਪਣੀ ਅੱਖਾਂ ਅੱਗੇ ਲਿਆਓ ਮੇਰੇ ਵੇਖਣ ਲਈ ਤੇ ਜਿਹੜਾ ਨਹਿਰ 'ਚ ਰੁੜੇ ਜਾਂਦੇ ਉਹ ਅੱਖਾਂ ਨਾਲ ਵੇਖੇ ਗੱਲ ਆ ਲਾ ਬੱਚਿਆਂ ਦੇ ਜੋ ਕੁੜੀਆਂ ਨੂੰ ਬੁੜੀਆਂ ਨੂੰ ਜਾਣ ਤੇ ਬੱਚਾ ਖੋ ਕੇ ਨਹਿਰ 'ਚ ਸਿਰ ਦੇਣ ਜਿਹੜੀ ਕੁੜੀ ਨੂੰ ਜਾਣ ਬੱਚਾ ਖੋ ਕੇ ਨਹਿਰ 'ਚ ਸਿਰ ਦੇਣ ਅਸੀਂ ਅੱਖੀ ਵੇਖਣ ਜਿਹੜੀ ਕੁੜੀਆਂ ਲੈ ਕੇ ਜਾ ਰਹੇ ਸੀ ਬੱਚੇ ਉਹਨਾਂ ਦੇ ਖੋ ਕੇ ਵੇਚ ਛੱਡ ਦਿੰਦੇ ਸੀ ਨਹਿਰ ਦੇ ਇਨਸਾਨੀਅਤ ਕਿੱਥੇ ਮਰ ਗਈ ਸੀ ਉਦੋਂ ਸਮਝ ਨਹੀਂ ਆਉਂਦੀ ਇਹ ਚੀਜ਼ ਫਿਰ ਚੌਧਰੀ ਮੁਹੰਮਦ ਹੁਸੈਨ ਜਿਹੜੇ ਨੇ ਇਹ ਕੋਈ ਗੱਡੇ 'ਚ ਲੁਕੋ ਕੇ ਲਿਆਇਆ ਸੀ ਚੌਧਰੀ ਅਤੇ ਉਹ ਜੈਲ ਸਿਆਂ ਨੇ ਸਾਡੇ ਨਾਲ ਤਿੰਨ ਮਾਰੇ ਸੀ ਉਸ ਮੁੰਡੇ ਨੇ ਮਾਰੇ ਉਹ ਬੈਠੇ ਆ ਜੜ੍ਹਾਂ ਵਾਲੀ ਖੜਾ ਮਰ ਗਿਆ ਢੇਸੀਆਂ ਉੱਥੇ ਜੈਲ ਸਿਓ ਨੇ ਤੁਹਾਨੂੰ ਪਹਿਲੇ ਦੱਸਤਾ ਸੀ ਵੀ ਉੱਠ ਜਾਓ ਇੱਥੋਂ ਉਹ ਆਉਂਦਾ ਸੀ ਚਲੇ ਜਾਓ ਵੀ ਨਹੀਂ ਦਾਲ ਗਲਣੀ ਨਹੀਂ ਗਲਣੀ ਇਹ ਹਕੂਮਤ ਬਦਲੀ ਪਈ ਆ ਰਾਜਾ ਬਦਲਿਆ ਥੋੜ੍ਹੇ ਜਿਹੇ ਉੱਚਾ ਬੋਲਣਾ ਆਪਾਂ ਤੇ ਲੋਕੀ ਆਉਂਦੇ ਸੀ ਜਾਇਦਾਦ ਤਾਂ ਛੱਡ ਕੇ ਕਿੱਥੇ ਜਾਈਏ ਜ਼ੈਲ ਸਿਓ ਕਹਿੰਦਾ ਸੀ ਵੀ ਚਲੇ ਜਾਓ ਇੱਥੇ ਤੇ ਲੋਕੀ ਕਹਿੰਦੇ ਸੀ ਵੀ ਜਾਇਦਾਦ ਤਾਂ ਛੱਡ ਕੇ ਕਿੱਥੇ ਜਾਈਏ ਉਹ ਕਹਿੰਦਾ ਹੋਣਾ ਵੀ ਨਹੀਂ ਦਾਲ ਗਲਣੀ ਹੁਣ ਤੁਹਾਡੇ ਤੇ ਹਮਲੇ ਹੋਣੇ ਦਾਲ ਨਹੀਂ ਕਰਨੀ ਜਿਹੜੇ ਚੂੜੇ ਬੌੜੀਏ ਲੁੱਟਣਗੇ ਤੁਹਾਨੂੰ ਬੇਇੱਜ਼ਤ ਕਰਨਗੇ ਤੇ ਗੱਲਾਂ ਸੱਚੀਆਂ ਹੋਈਆਂ ਅੱਛਾ ਫਿਰ ਉਹਨੇ ਤੁਹਾਡੀ ਕੋਈ ਮਦਦ ਕੀਤੀ ਬਚਾਉਣ ਲੱਗਿਆ ਜਾਂ ਕੋਈ ਹਮਲਿਆਂ ਤੋਂ ਬਚਾਇਆ ਹੋਵੇ ਪਿੱਛੋਂ ਪੁੱਛਣਾ ਸੀ ਉਦੋਂ ਕੋਈ ਜੈ ਉਹ ਕੋਈ ਹਕੂਮਤਾਂ ਨਹੀਂ ਕਰਦਾ ਉਸ ਦਾ ਪਿੱਛੋਂ ਬਣਿਆ ਉਹ ਤਾਂ ਰਾਜਾ ਹੀ ਸੀ ਉਸ ਵੇਲੇ ਰਾਜਾ ਹੀ ਸੀ ਉਹ ਰਾਜਾ ਹੀ ਸੀ ਹਿੰਦੂ ਹੀ ਸੀ ਅੱਛਾ 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 ਠੀਕ ਹੈ ਫਿਰ ਜਿਸ ਵੇਲੇ ਤੁਸੀਂ ਤੁਰ ਪਏ ਉੱਥੋਂ ਚੌਧਰੀ ਨੂੰ ਕਿਉਂ ਸੰਦੂਖ 'ਚ ਬੰਦ ਕੀਤਾ ਸੀ ਮੈਨੂੰ ਇਹ ਰਾਜਾ ਨਾ ਸੀ ਇਹਨਾਂ ਨੂੰ ਨਿਕਲ ਨਹੀਂ ਦੇਣਾ ਮਾਰ ਦੇਣਾ ਚੌਧਰੀ ਨੂੰ ਚੌਧਰੀ ਤੋਂ ਮੁੰਡਾ ਜੈਲ ਸਿਆ ਸੀ ਅੰਦਰ ਭਤੀਜੇ ਨੂੰ ਇਹਨਾਂ ਦੋਵਾਂ ਨੂੰ ਜਾਣ ਨਹੀਂ ਦੇ ਇੱਕ ਚੌਧਰੀ ਨੂੰ ਤੇ ਇੱਕ ਜੈਲ ਅਬੈਦ ਅਬੈਦੁੱਲਾ ਸੀ ਅਬੈਦੁੱਲਾ ਇਹਨਾਂ ਦੋਵਾਂ ਨੂੰ ਕੋਈ ਜਾਣ ਨਹੀਂ ਦੇਣਾ ਇਹਨਾਂ ਨੂੰ ਮਾਰ ਦੇਣਾ ਇਹਨਾਂ ਦਾ ਰਾਜਾ ਕਿਉਂ ਦੁਸ਼ਮਣ ਸੀ ਅੱਲਾ ਜਾਣੇ ਕੋ ਕਾਂਗਰਸ ਤੇ ਮੁਸਲਿਮ ਲੀਗ ਇਹੋ ਰੌਲੇ ਪਏ ਅੱਛਾ ਕਾਂਗਰਸ ਤੇ ਮੁਸਲਿਮ ਲੀਗ ਦੇ ਰੌਲਿਆਂ ਤੋਂ ਰਾਜਾ ਜਿਹੜਾ ਚੌਧਰੀ ਰਾਜੇ ਦੀ ਮੁਖਾਲਫਤ ਕਰਦੇ ਸੀ ਰਾਜੇ ਦੀ ਮੁਖਾਲਫਤ ਕਰਦੇ ਸੀ ਚੌਧਰੀ ਮੁਹੰਮਦ ਹੁਸੈਨ ਤੇ ਅਬੈਦੁੱਲਾ ਇਸ ਪਰ ਤਿੰਨ ਸਿੱਖ ਮਾਰੇ ਸੀ ਉਹ ਉੱਠ ਕੇ ਆ ਗਏ ਤੇ ਉਹਦੇ ਕੋਲੇ ਆ ਕੇ ਭਾਉਣ ਲੱਗੇ ਉੱਠ ਮਾਰ ਦੇ ਉਹਨੇ ਕਿ ਮਰਿਆ ਤਾਂ ਪਿਆ ਉਹਦੇ ਕੋਲ ਸੀ ਡਾਂਗ ਉਹਨੇ ਐ ਮਾਰੇ ਤਿੰਨੇ ਸਿੱਖ ਥੱਲੇ ਉਹਨਾਂ ਦੀ ਕੁਰਬਾਨ ਖੋ ਕੇ ਉਹਨੇ ਵੱਧ ਦਿੱਤੀ ਉਹਨਾਂ ਦੀ ਕੁਰਬਾਨ ਉਹਨੇ ਤਿੰਨ ਮਾਰੇ ਅੱਛਾ ਇਹ ਉਬੈਦੁੱਲਾ ਨੇ ਮਾਰੇ ਸੀ ਠੀਕ ਹੈ ਠੀਕ ਹੈ ਠੀਕ ਹੈ ਉਹਨੇ ਆਖਿਆ ਵੀ
ਇਹਨੂੰ ਮਾਰੀਏ। ਆਪ ਮੈਂ ਮਰਿਆ ਤੋਂ ਪਿਆ, ਸਿੱਖਾਂ ਨੇ ਆਖਿਆ ਮਾਰੋ, ਨੱਥੀ ਆ ਗਿਆ। ਉਹਨੇ ਆਖਿਆ ਮਰਿਆ ਤੋਂ ਮੈਂ ਪਿਆ, ਉਹਦੇ ਕੋਲ ਅਸੀਂ ਡਾਂਗ ਉੱਠ ਕੇ ਸੋਨੇ ਆ, ਡਾਂਗ ਮਾਰੀ ਤੇ ਕਿੰਨੇ ਉੱਠ ਕੇ ਜਾ ਕੇ ਉਹਨਾਂ ਨੂੰ ਉਹਨਾਂ ਦੀ ਕੁਰਬਾਨ ਉਹਨਾਂ ਦੀ ਕੁਰਬਾਨ ਫੜ ਕੇ ਮਾਰ। ਠੀਕ ਹੈ ਜੀ। ਉਹ ਤਾਂ ਕਿਸੇ ਕੋਲ ਪੁੱਤ ਸੋਟੀ ਵੀ ਨਹੀਂ ਸੀ, ਠੀਕ ਨਾ ਕਿਸੇ ਕੋਲ ਕੋਈ ਚੀਜ਼ ਸੀ, ਸਭ ਅਗਲਿਆਂ ਨੇ ਕਲਾਸੀਆਂ ਲੈ ਕੇ ਲੈ ਜਾਣੀਆਂ ਸੀ। ਅੱਛਾ, ਚੌਧਰੀ ਮੁਹੰਮਦ ਹੁਸੈਨ ਨੂੰ ਤੁਸੀਂ ਫਿਰ ਕਿਵੇਂ ਕਿਵੇਂ ਲਿਆਂਦਾ ਉੱਥੋਂ ਫੜ ਕੇ? ਅਸੀਂ ਕੀ ਲਿਆਉਣਾ, ਜਿਨ੍ਹਾਂ ਦੇ ਇੱਕ ਦੋ ਗੱਡੇ ਸੀ ਉਹ ਲਿਆਏ ਅਸੀਂ, ਕਿਸੇ ਨਾਲ ਸੀ ਤੇਰੇ ਨਾਲ ਕੋਈ, ਕਿਸੇ ਨਾਲ ਸੀ। ਉੱਥੋਂ ਵਿਛੜ ਗਿਆ ਸੀ ਇੱਕ ਦੂਜੇ ਤੋਂ, ਘਰੋਂ ਕਿੰਨਾ ਕੁ ਸਮਾਨ ਚੁੱਕ ਹੋਇਆ? ਕੱਖ ਨਹੀਂ ਲਿਆ, ਕੁਛ ਵੀ ਨਹੀਂ ਸੀ, ਭੱਜੋ ਡੀਕੇ ਦੇ ਵਿੱਚ। ਪਿੱਛੋਂ ਮਈਆਂ ਵੇਚ ਕੇ ਤੇ ਥੋੜ੍ਹਾ ਜਿਹਾ ਸਮਾਨ ਵੇਚ ਕੇ ਉਹਨੇ ਡਾਕਟਰ ਨੇ ਚੌਰੀ ਨੂੰ ਦਿੱਤਾ ਹੈ, ਜਦੋਂ ਮੁੜ ਕੇ ਅਸੀਂ ਕੁਛ ਨਹੀਂ। ਚੰਦਾ ਸੀ ਉਹਨੇ ਪਿੱਛੋਂ ਤੁਹਾਡੀਆਂ ਮੱਝਾਂ ਵੇਚਤੀਆਂ? ਹਾਂ। ਔਰ ਸਮਾਨ ਸਮੂਨ? ਮੋਟਾ ਮੋਟਾ ਸਮਾਨ ਸੀ ਜਿਹੜਾ ਸਾਰਾ ਉਹਨੇ ਵੇਚ ਦਿੱਤਾ। ਉਹਨੇ ਫਿਰ ਕੋਈ ਪੈਸੇ ਦੇ ਦਿੱਤੇ ਪਿੱਛੋਂ ਘਲਾਏ ਸੀ? ਪੈਸੇ ਜਦੋਂ ਚੌਰੀ ਗਿਆ ਉਹਦੇ ਦਿੱਤੇ। ਜਦੋਂ ਤੁਸੀਂ ਇੱਥੇ ਪਹੁੰਚ ਗਏ ਹੋ? ਹਾਂ, ਦੋ ਸਾਲ ਵੀ ਤਿੰਨੀ ਸਾਲ ਦੋ ਤਿੰਨਾਂ ਸਾਲਾਂ ਬਾਅਦ ਡਾਕਟਰ ਚੰਦਾ ਸਿਉ ਨੇ ਤੁਹਾਡੇ ਪੈਸੇ ਮੱਝਾਂ ਵੇਚ ਕੇ ਸਮਾਨ ਵੇਚ ਕੇ ਤੁਹਾਨੂੰ ਕੁਲਾਏ। ਵੇਖੋ, ਕੁਝ ਲੋਕ ਜਿਨ੍ਹਾਂ 'ਚ ਇਨਸਾਨੀਅਤ ਜ਼ਿੰਦਾ ਸੀ ਉਹਨਾਂ ਨੇ ਜਿਹੜੇ ਕਾਰਨਾਮੇ ਕੀਤੇ ਉਹ ਵੀ ਤਾਰੀਖ ਦਾ ਹਿੱਸਾ ਬਣ ਗਏ। ਚੌਧਰੀ ਮੁਹੰਮਦ ਹੁਸੈਨ ਨੂੰ ਕਹਿੰਦੇ ਨੇ ਕਿ ਸੰਦੂਕ 'ਚ ਬੰਦ ਕਰਕੇ ਲਿਆਂਦਾ ਸੀ। ਸੰਦੂਕ ਕਿੱਥੇ ਸੀ? ਪੁੱਤ ਗੱਡਿਆ ਗੁੱਡਿਆ 'ਚ ਲੁਕੋ ਕੇ ਲਿਆਏ। ਸੰਦੂਕ ਕਿੱਥੇ ਸੀ ਸੋਨਿਆ ਉਦੋਂ? ਕਿੱਥੇ ਸੀ ਸਾਡੇ ਕੋਲ ਸੰਦੂਕ? ਗੱਡਿਆ ਗੁੱਡਿਆ 'ਚ ਲੁਕੋ ਲੁਕਾ ਕੇ ਤੇ ਲਿਆਏ। ਅੱਛਾ, ਕਈ ਲਿਆ ਸਮਾਨ ਗੱਡੇ ਗੁੱਡੇ ਜਿਹੜੇ ਪਹਿਲਾਂ ਟੱਪੇ ਆਏ। ਹਾਂ, ਤੇ ਜਿੰਨਾ ਗਰੀਬ ਕਈ ਵਿਚਾਰੇ। ਤੁਸੀਂ ਉੱਥੋਂ ਤੁਰ ਕੇ ਆਏ ਸੀ ਸਾਰਾ ਰਸਤਾ? ਕਿੰਨੇ ਦਿਨਾਂ 'ਚ ਪਹੁੰਚੇ ਸੀ? ਹਰ ਟੱਪੇ ਆਏ ਸੀ ਦੂਜੇ ਦਿਨ, ਫਿਰ ਕਸੂਰ ਆ ਗਏ, ਉੱਥੇ ਹੈਜਾ ਪੈ ਗਿਆ, ਉੱਥੇ ਦੁਨੀਆਂ ਮਰ ਗਈ ਸਾਰੀ, ਭੈਣਾਂ ਭਰਾ ਸਭ। ਕਿੰਨੇ ਭੈਣਾਂ ਭਰਾ ਮਰ ਗਏ ਸੀ ਤੁਹਾਡੇ? ਮਰੇ ਦੋ ਰਜੇਸ਼ ਦੇ ਧੀਆਂ, ਦੋ ਜਵਾਈ, ਇੱਕ ਟੱਬਰ। ਸਾਰਾ ਟੱਬਰ ਹੀ ਮਰ ਗਿਆ? ਉਹ ਰਹਿ ਗਿਆ, ਕਮਰਾ ਹੋ ਗਿਆ ਸੀ। ਆਖੇ ਇੱਕੋ ਪੁੱਤ ਸੀ ਜਾਇਦਾਦ ਪਿੱਛੋਂ ਟੂ ਲਪਾਏ, ਕੋਠੀਆਂ ਪਾਈਆਂ ਫਰੀਦਕੋਟ, ਮੇਰਾ ਪੁੱਤ ਬਸ ਗਿਆ ਤਾਂ ਫਜਲ ਉਹਦਾ ਨਾਂ। ਇੱਥੇ ਫਿਰ ਤੁਰਿਆ ਫਿਰਿਆ ਕਰੇ ਕਰੇ, ਮੇਰੇ ਫਜਲ ਨੂੰ ਜਿਉਂਦੇ ਨੂੰ ਤਾਂ ਨਹੀਂ ਦੱਬਿਆ, ਮੇਰੇ ਫਜਲ ਨੂੰ ਜਿਉਂਦੇ ਬਥੇਰਾ ਅਸੀਂ ਇੱਥੇ ਲਿਆਏ ਰਾਤ ਨੂੰ ਲੁਕੇ ਹੋ ਚੁੱਕੇ, ਸਾਰੀ ਰਾਤ ਹੀ ਤੁਰਿਆ ਥੋੜ੍ਹੀ ਜਿਹੀ ਪਿੱਛੋਂ ਮਰ ਗਿਆ। ਕਮਲਾ ਹੋ ਗਿਆ ਸੀ, ਪੁੱਤ ਮਰ ਗਿਆ ਸੀ ਫਜਲ ਹੁੰਦਾ? ਆਹੋ, ਇੱਦਾਂ ਸਾਰਾ ਸੀ ਉਹਦੇ ਆਈ ਜੇ ਨਾ ਮਰ ਗਿਆ, ਐਜੇ ਨਾ ਮਰ ਗਿਆ, ਕਸੂਰ ਆ ਕੇ ਮਰ ਗਏ। ਪੁੱਤ ਕੀ ਤੈਨੂੰ ਦੱਸੀ, ਅਸੀਂ ਟਹਿਲੀਆਂ ਥੱਲੇ ਪਾਉਂਦੇ ਸੀ ਤੇ ਗਾਂਹ ਤੋਂ ਫੜਦੇ ਸੀ, ਹਿੰਦੂਆਂ ਤੋਂ ਡਰਦੇ, ਮਗਰ ਲੱਗੇ ਹੋਏ ਸੀ ਹਿੰਦੂ, ਮਰ ਜਾਂਦਾ ਤੇ ਉੱਥੇ ਦਰ ਪਾ ਕੇ ਤੇ ਆਪ ਗਾਂਹ ਭੱਜੇ ਆਉਂਦੇ, ਜਿਹੜੇ ਹਿੰਦੂ ਪਰਾ ਪਰਾ ਮਰੇ ਆ। ਕਮਲਾ ਹੋ ਕੇ ਕਹਿੰਦਾ ਰਹਿੰਦਾ ਸੀ ਵੀ ਮੇਰਾ ਪੁੱਤ ਕਿਤੇ ਐਵੇਂ ਤਾਂ ਨਹੀਂ ਦੱਬਿਆ, ਐਵੇਂ ਤਾਂ ਨਹੀਂ ਦੱਬਿਆ। ਉਹ ਵਕਤ ਅਸੀਂ ਵੀ ਨਹੀਂ ਯਾਦ ਰੱਖਿਆ, ਜੇ ਯਾਦ ਰੱਖਦੇ ਨਾ ਤੇ ਅਸੀਂ ਕਿਸੇ ਨਾਲ ਕੁਛ ਵੀ। ਮੇਰਾ ਮੀਆਂ ਚਾਰ ਵੇਰੇ ਇੱਥੇ ਮੈਂਬਰ ਬਣਿਆ, ਉਹਨੇ ਕਸਮ ਜੇ ਕਮੇਟੀ ਦਾ ਪਾਣੀ ਪੀਤਾ ਤਾ, ਇੰਨਾ ਇਮਾਨਦਾਰ ਆਦਮੀ। ਉਹਨੇ ਜੇ ਕਿਸੇ ਨੂੰ ਹਾਂ ਕਰ ਦੇਣੀ ਨਾ ਕੰਮ, ਉਹਨੇ ਕਹਿਣਾ ਸੱਚਾ ਗੱਲ ਦੱਸ ਦੇ ਝੂਠੀ ਹੈ ਜਾਂ ਸੱਚੀ, ਤੇ ਮੈਂ ਤੁਹਾਨੂੰ ਬੜੀ ਕਰਾ ਦੂੰ, ਮੇਰੇ ਕੋਲ ਝੂਠੀਆਂ ਮਾਰਿਆ ਜਾ ਕੇ ਥਾਣੇ ਆਖਣਾ ਹੈਗਾ ਝੂਠਾ ਤੇ ਜਾਣਾ ਸਜਾ ਕੇ, ਥਾਣੇ ਜਾ ਕੇ ਵੀ ਦੱਸ ਦੇਣਾ ਵੀ ਇਹ ਝੂਠਾ ਹੈ, ਝੂਠਾ ਹੈ, ਲਿਆਣਾ ਛਡਾ ਕੇ। ਵਾਹ ਵਾਹ, ਕੀ ਬਾਤ। ਚੌਧਰੀ ਮੁਹੰਮਦ ਹੁਸੈਨ ਆ ਕੇ ਇੱਥੇ ਚਾਰ ਦਫਾ ਕੌਂਸਲਰ ਬਣੇ? ਅੱਛਾ ਅੱਛਾ, ਇਹਨਾਂ ਮੇਰੇ ਪੁੱਤਾਂ ਨੇ ਬਥੇਰੀ ਮਦਦ ਕਰਦੇ ਰਹੇ ਸਾਡੇ ਨਾਲ, ਬਣਾਇਆ ਅਸੀਂ ਕੁਛ ਨਹੀਂ, ਆ ਪੁੱਛ ਲੈ ਮੁਕਾਮਣਾ ਲੋਕਾਂ ਨੂੰ ਪੁੱਟ ਕੇ ਹੁਣ ਮੈਂਬਰ ਬਣਿਆ ਸਰਦਾਰ। ਮੇਰੇ ਪੁੱਤ ਨੇ ਬੜੇ ਪੈਸੇ ਲਾਏ, ਦੋ ਮਹੀਨੇ ਤੇਰੇ ਸਾਹਮਣੇ ਡੇਰਾ ਖੁੱਲਿਆ ਗਿਆ, ਦੋ ਦੋ ਫਲ ਸਰਦਾਰ ਸਾਹਿਬ ਦਾ ਪੈਸੇ ਲੈ ਲਿਆ। ਉਹਨੇ ਕਿਹਾ ਸਰਦਾਰ ਪੈਸੇ ਨਹੀਂ ਲੈਣੇ, ਵਿਖਣਾ ਨਹੀਂ ਮੈਂ, ਵਾਹ ਮੈਂ ਕੰਮ ਕਰਾਉਣੇ ਆ। ਵਾਹ ਜੀ ਵਾਹ, ਗਰੀਬਾਂ ਦੀਆਂ ਧੀਆਂ ਲਵਾਂਗੇ, ਮੁੰਡੇ ਲਵਾਂਗੇ, ਸ਼ਹਿਰ ਦਾ ਮੂੰਹ ਬਣਾਉਣਾ, ਵਾਹ ਜੀ ਵਾਹ, ਪੈਸਾ ਨਹੀਂ ਲੈਣਾ। ਕੀ ਬਾਤ ਹੈ, ਤੂੰ ਸੱਦ ਕੇ ਮਾੜੀ ਜਿਹੀ ਗੱਲ ਸ਼ੰਕਾ ਸ਼ੰਕਾ।
ਅੱਲਾ ਨੇ ਉਹਨਾਂ ਨੂੰ ਬਣਾ ਦਾ ਅੱਲਾ ਦੂਰ ਉੱਚੇ ਬਣਾ ਲਿਆ ਬਿਲਕੁਲ ਬਿਲਕੁਲ ਇਹਨਾਂ ਨੂੰ ਅੱਗ ਲੱਗੀ ਆ 40-50 ਵੋਟਾਂ ਇਹਨਾਂ ਨੇ ਜਾਨੀ ਖੜੀਆਂ ਮੇਰੇ ਪੋਤੇ ਨੇ ਇਹਦੇ ਮੁੰਡੇ ਨੇ ਕਿਹੜੀ ਕਿਹੜੀ ਜਮਾਤ ਦੀਆਂ ਅਸੀਂ ਤਾਂ ਬੱਲੇ ਵਾਲੇ ਤੁਸੀਂ ਬੱਲੇ ਵਾਲ ਸੀ ਤੇ ਜਾਲੀ ਵੋਟਾਂ ਕਿਹਨਾਂ ਦੀਆਂ ਫੜੀਆਂ ਇਹਨਾਂ ਦੀਆਂ ਸ਼ੇਰ ਵਾਲਿਆਂ ਸ਼ੇਰ ਵਾਲਿਆਂ ਦੀ ਉਹ ਮੇਰਾ ਪੋਤਾ ਉਹ ਮੇਰੀ ਬੜੀ ਇੱਜ਼ਤ ਕਰਦੇ ਅੱਛਾ ਐ ਮੈਂ ਚੂਸ ਨਹੀਂ ਮਾਰਨਾ ਬਹੁਤ ਮੇਰੀ ਇੱਜ਼ਤ ਕਰਦੇ ਉਹ ਫਿਰ ਪੁੱਤਾਂ ਲੋਕਾਂ ਮਗਰ ਜਾਣਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਚੌਧਰੀ ਮੁਹੰਮਦ ਹੁਸੈਨ ਫਿਰ 3 ਵਾਰੀ ਗਏ ਪਿੱਛਾ ਇੰਡੀਆ ਮਿਲਣ ਵਾਸਤੇ ਕਿਹਨੂੰ ਕਿਹਨੂੰ ਮਿਲਣ ਜਾਂਦੇ ਸੀ ਸਾਰਿਆਂ ਨੂੰ ਮਿਲ ਕੇ ਆਉਂਦੇ ਸੀ ਉਹਨਾਂ ਦਾ ਖਾਂਦੇ ਵੀ ਸੀ ਉਹ ਆਪਣੇ ਨਾਲ ਹੁਣ ਖਾਂਦੇ ਸੀ ਉਹਨਾਂ ਨਾਲ ਬਹਿ ਕੇ ਇੱਥੇ ਆਉਂਦੇ ਰਹੇ ਚੌਂਕੀ ਬੱਲਿਆ ਉਹ ਸਾਡੇ ਜਿਹੜੇ ਸਿੱਖ ਸੀ ਉਹ ਹੈਰਾਨ ਨਹੀਂ ਖਾਂਦੇ ਸੀ ਜਿਹੜੇ ਸਾਡੇ ਪਾਸੇ ਸੀ ਉਹਨਾਂ ਸ਼ਰਾਬ ਪੀਂਦੇ ਸੀ ਤੁਸੀਂ ਸਿੱਖ ਸਿੱਖ ਹਾਂ ਸਿੱਖ ਉਹ ਹੁੰਦੇ ਪੁੱਤ ਸਿੱਖਾਂ ਦੇ ਜੂੜੇ ਜੇ ਕੀਤੇ ਹੁੰਦੇ ਆ ਅਤੇ ਜਿਹੜੇ ਹਿੰਦੂ ਆ ਨਹੀਂ ਸਿੱਖ ਉਹ ਆਪਣੇ ਵਰਗੇ ਹੁੰਦੇ ਸਾਰੇ ਭੈਣ ਭਰਾ ਸੀ ਪੁੱਤ ਇੱਜ਼ਤ ਕਰਦੇ ਸੀ ਤਿੰਨਾਂ ਵਾਂਗੂ ਜਾਣਦੇ ਸੀ ਜਦੋਂ ਪਏਗੀ ਫਿਰ ਸਾਰੀ ਦੁਨੀਆ ਨਾਲ ਪਏਗੀ ਅੱਛਾ 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 ਠੀਕ ਹੈ ਠੀਕ ਹਾਂ ਠੀਕ ਉਹ ਵਕਤ ਨਾ ਪੁੱਤ ਯਾਦ ਆ ਇੱਥੇ ਜ਼ੈਲ ਸਿੰਘ ਆਇਆ ਸੀ ਪੱਤੋ ਕੀ ਆਇਆ ਸੀ ਦੋ ਵਾਰੀ ਉੱਥੇ ਆਉਂਦਾ ਹੁੰਦਾ ਸੀ ਅੰਬਰਸਰ ਨਾ ਆਇਆ ਸੀ ਅੱਛਾ ਠੀਕ ਹੈ ਤੇ ਚੰਦਾ ਸਿੰਘ ਖੁਦ ਆ ਕੇ ਪੈਸੇ ਦੇ ਗਿਆ ਸੀ ਫਿਰ ਨਹੀਂ ਭਈਆ ਚੌਧਰੀ ਗਿਆ ਸੀ ਚੌਧਰੀ ਗਿਆ ਸੀ ਨਾਲ ਮੇਰੇ ਮੁੰਡਾ ਦਾ ਸਾਰਾ ਸੀ ਫਿਰ ਉਹਨੇ ਦੇ ਤੇ ਮੱਝਾਂ ਦੇ ਪੈਸੇ ਤੇ ਮੋਟੇ ਮੋਟੇ ਮਾਲ ਦੇ ਪੈਸੇ ਠੀਕ ਹੈ ਤੇ ਚੌਧਰੀ ਸਾਹਿਬ ਦਾ ਕਾਇਦੇ ਆਜ਼ਮ ਨਾਲ ਵੀ ਤਾਲਕ ਸੀ ਹਾਂ ਮੁਹੰਮਦ ਅਲੀ ਜਿਨ੍ਹਾਂ ਦੇ ਨਾਲ ਉਹ ਕਿਸ ਤਰ੍ਹਾਂ ਉੱਥੇ ਜਦੋਂ ਜਾਂਦੇ ਸੀ ਉਹ ਮੁਸਲਿਮ ਲੀਗ ਨਾਲ ਹੀ ਸੀ ਕਹਿੰਦੇ ਆ ਹਾਂ ਉਸਨੇ ਆਖ ਮੇਰੀ ਛੱਡਿਆ ਜੇ ਨਾ ਮੇਰੀ ਪਾਰਟੀ ਜੇ ਮੇਰੀ ਮਾਂ ਫੜੀ ਆ ਜਾਂਦੇ ਰਹੇ ਸੀ ਉਹ ਆਉਂਦਾ ਹੁੰਦਾ ਸੀ ਉਹਦੇ ਨਾਲ ਵੀ ਸੀ ਜਿਹੜਾ ਜਵਾਹਰ ਲਾਲ ਆ ਉਹ ਵੀ ਬੁਲਾਉਂਦਾ ਸੀ ਚਲਾਉਂਦਾ ਸੀ ਅੱਛਾ ਜਵਾਹਰ ਲਾਲ ਨਹਿਰੂ ਵੀ ਚੌਧਰੀ ਸਾਹਿਬ ਨੂੰ ਬੁਲਾਉਂਦਾ ਹੁੰਦਾ ਸੀ ਉਹ ਵੀ ਬੁਲਾਉਂਦੇ ਸੀ ਤੇ ਇੱਧਰੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵੀ ਉਹਦੀਆਂ ਫੋਟੋ ਇੱਦਾਂ ਸੀ ਬੱਲੇ ਸਾਡੇ ਮਕਾਨ ਨੂੰ ਅੱਗ ਲੱਗੀ ਸੀ ਮੇਰੇ ਫੋਟੋ ਪਤਾ ਨਹੀਂ ਅੱਲਾ ਵੱਲੋਂ ਲੱਗੀ ਕਿ ਕਿਸੇ ਨੇ ਲਾਈ ਕਿ ਕੀ ਬੜਾ ਨੁਕਸਾਨ ਹੋ ਗਿਆ ਉਹਦਾ ਸੜ ਗਏ ਇੱਕ ਬੋਰੀ ਰਹਿ ਗਈ ਜਿਨ੍ਹਾਂ 'ਚ ਚੌਹਰੀ ਦੀਆਂ ਫੋਟੋ ਸੀ ਕਲਮਾ ਸੀ ਉਹ ਰਹਿ ਗਈ ਸਾਡਾ ਸਭ ਰੂਮ ਮੰਜੇ ਵਿਸਰੇ ਬੜਾ ਕੁਛ ਅੱਛਾ ਫਿਰ ਪਾਕਿਸਤਾਨ ਬਣ ਗਿਆ ਤੁਹਾਡੇ ਖਾਨਦਾਨ ਨੇ ਉਹਦੇ 'ਚ ਬੜਾ ਨੁਕਸਾਨ ਉਠਾਇਆ ਰਾਹ 'ਚ ਆਉਂਦਿਆਂ ਬੜੇ ਸਾਰੇ ਰਿਸ਼ਤੇਦਾਰ ਮਰ ਗਏ ਕੋਈ ਹਮਲਿਆਂ 'ਚ ਮਰ ਗਏ ਕੋਈ ਹੈਜ਼ੇ ਨਾਲ ਮਰ ਗਏ ਫਿਰ 1965 'ਚ ਪਾਕਿਸਤਾਨ ਦੀ ਅਤੇ ਭਾਰਤ ਦੀ ਜੰਗ ਹੋਈ ਹੈ ਉਹਦੇ 'ਚ ਵੀ ਤੁਹਾਡਾ ਇੱਕ ਬੇਟਾ ਸ਼ਹੀਦ ਹੋ ਗਿਆ ਸੀ ਆਹੋ ਜਦੋਂ ਇੱਥੇ ਮੇਰੇ ਪੁੱਤ ਨੂੰ ਪਤਾ ਵੱਡਾ ਹੋਇਆ ਸੀ ਉਹਦਾ ਕੀ ਨਾਂ ਸੀ ਜ਼ਫਰ 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 ਜਦੋਂ ਪੱਤੋ ਕੀ ਅਤੇ ਬੰਬਾਰੀ ਹੋਈ ਹੈ ਕਾਰਖਾਨੇ ਹੋਈ ਨਾ ਹਾਂ ਅਤੇ ਉਦੋਂ ਕੱਢਣ ਲੱਗੇ ਮੁਰਦਿਆਂ ਨੂੰ ਅਤੇ ਉਹਦੇ ਉੱਤੇ ਕੰਧ ਗਿਆ ਆਹ ਲੱਤਾਂ ਟੁੱਟ ਗਈਆਂ ਸੀ ਫਿਰ ਫੂਲ ਸੀ ਨਾ ਜਿਹੜਾ ਉਹ ਮੇਰੇ ਮੀਏ ਦਾ ਭਰਾ ਬਣਿਆ ਸੀ ਉਹ ਫਿਰ ਉਹਦੇ ਹਸਪਤਾਲ ਰਿਹਾ ਸਾਲ ਫਿਰ ਇੱਥੇ ਲੈ ਜਾਂਦਾ ਲਾ ਕੇ ਫਿਰ ਮਰ ਗਿਆ ਸਾਲ ਵੇਖੋ ਜੀ ਜਿਹੜੇ ਵੰਡ ਦੇ ਵਿੱਚ ਦੁੱਖ ਉਠਾਏ ਉਹ ਦੁੱਖ ਆਪਣੀ ਜਗ੍ਹਾ ਲੇਕਿਨ ਅੰਮਾ ਜੀ ਨੂੰ ਇੱਕ ਦੁੱਖ ਇਹ ਵੀ 1965 'ਚ ਵੀ ਉਠਾਉਣਾ ਪਿਆ ਜਦੋਂ ਪੱਤੋ ਕੀ ਸ਼ਹਿਰੀ ਆਬਾਦੀ 'ਤੇ ਬੰਬਾਰੀ ਕੀਤੀ ਗਈ ਇੱਥੇ ਉਦੋਂ ਆਇਆ ਮੇਰੇ ਪੁੱਤ ਨੂੰ ਪਤਾ ਆਇਆ ਪਏ ਸੀ ਜਿਵੇਂ ਪੱਤੇ ਪਏ ਹੁੰਦੇ ਸੀ ਦੁਨੀਆ ਮਰੀ ਸੀ ਜਦੋਂ ਪੱਤੋ ਕੀ ਸ਼ਹਿਰੀ ਆਬਾਦੀ 'ਤੇ ਬੰਬਾਰੀ ਹੋਈ ਅਤੇ ਉਦੋਂ ਅੰਮਾ ਦਾ ਇੱਕ ਬੇਟਾ ਇੱਥੇ ਸ਼ਹੀਦ ਹੋ ਗਿਆ ਸੀ ਯਾਨੀ ਨੁਕਸਾਨ 47 'ਚ ਹੀ ਨਹੀਂ ਹੋਏ ਉਹ ਆਇਆ ਬੱਲੇ ਬਾਅਦ 'ਚ ਵੀ ਇਹ ਸਿਲਸਿਲਾ ਚੱਲਦਾ ਰਿਹਾ ਖਾਰ ਆਇਆ ਵਜ਼ੀਰ ਹੁੰਦਾ ਸੁਣਿਆ ਹੀ ਨਾ ਖਾਰ ਹਾਂਜੀ ਮੁਸਤਫਾ ਖਾਰ ਉਹ ਆ ਜ਼ਮੀਨ ਚੌਰੀ ਨੂੰ ਦੇਗਾ ਸੀ 5-6 ਕਿਲੋ ਅੱਛਾ ਇਹਨੂੰ ਕਬਰਾਂ ਨੂੰ ਦੇ ਦਿੱਤੀ ਉਹਨਾਂ ਮੈਂ ਪੱਤੋ ਕੀ ਦੇ ਅੰਦਰ 5-6 ਕਿੱਲੇ ਸ਼ਹਿਰ ਦੇ ਵਿੱਚ ਚੌਰੀ ਦੇ ਨਾਂ ਸੀ ਦੇ ਗਿਆ ਸੀ ਉਹਨਾਂ ਮੈਂ ਕੀ ਤੇ ਚੌਧਰੀ ਨੇ ਉਹ ਜ਼ਮੀਨ ਕਬਰਸਤਾਨ ਨੂੰ ਦੇ ਦਿੱਤੀ ਇਹੋ ਜਿਹੇ ਭਲੇ ਬੰਦੇ ਹੋਣ ਕਿੱਥੋਂ ਜਿਹੜੇ ਆਪਣੀ ਜਾਇਦਾਦ ਵੀ ਅਗਾਂਹ ਦੇ ਛੱਡਣ
ਮੇਰਾ ਪੁੱਤ ਨਹੀਂ ਕੋਈ ਉਹਨਾਂ ਤੇ ਲਿਖਿਆ ਇੱਕ ਨੇ ਹੁਣ ਮਾੜੀ ਜੀ ਅੱਲਾ ਦਾ ਉਹਨੂੰ ਖੌਫ ਆਇਆ ਫਿਰ ਭੰਗਾਰੇ ਕੋਲੇ ਜਾਂਦਾ ਹੁੰਦਾ ਸੀ ਚੋਰੀ ਵੇਲੀ ਸੀ ਮੇਰੀ ਧੀ ਦੇ ਵਿਆਹ ਤੇ ਆਇਆ ਸੀ ਅੱਛਾ ਪੀਰ ਭਗਾੜਾ ਹਾਂ ਤੇ ਉਹਦੀ ਸਾਲਗਿਰਾ ਹੁੰਦੀ ਮੈਂ ਦੋ ਵਾਰੀ ਸਵਾਟਰ ਉਣ ਕੇ ਇਕੱਲੇ ਸੀ ਕੀ ਪਾਉਣ ਕੇ ਇਕੱਲੇ ਸੀ ਸਵਾਟਰ 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 ਅੱਛਾ ਤੇ ਫਿਰ ਖਾਖੀ ਖੱਦਰ ਪਾਉਂਦਾ ਹੁੰਦਾ ਸੀ ਚੋਰੀ ਖਾਖੀ ਖੱਦਰ ਅੱਛਾ ਤੇ ਆਂਦਾ ਮੈਨੂੰ ਨਹੀਂ ਸੂਟ ਕਰਨਾ ਫਿਰ ਮੈਂ ਬਣਾਇਆ ਤੇ ਫਿਰ 10 ਕਿਲੋ 10 ਗਜ ਦੇ ਕੇ ਆਇਆ ਸੀ ਵਾਹ ਜੀ ਵਾਹ ਜੀ ਵਾਹ ਕੀ ਬਾਤ ਵੇਲੀ ਸੀ ਚੋਰੀ ਵਾਹ ਵਾਹ ਚਲੋ ਅੰਮਾ ਜੀ ਬੜੀ ਮਿਹਰਬਾਨੀ ਤੁਸੀਂ ਆਪਣੇ ਦੁੱਖ ਸਾਡੇ ਨਾਲ ਸਾਂਝੇ ਕੀਤੇ ਆ ਪੁੱਛ ਲਾ ਭੈਣ ਤੋਂ ਮਰੇ ਵੇਖੇ ਅੱਖੀ ਰੋਂਦੇ ਵੇਖੇ ਮੈਂ ਜਿਹੜੇ ਜਾਂਦੇ ਵੇਖੇ ਪਤਾ ਮਤਲਬ ਲੈਕੇ ਆਈ ਰਹੀ ਆ ਜਦੋਂ ਇੱਥੇ ਕਿਆਮਤ ਆਈ ਆ ਇੱਥੇ ਉਹ ਗੱਲ ਹੋ ਗਈ ਕਿ ਜਦੋਂ ਜਫਰ ਮਰਿਆ ਆ ਭੈਣ ਦੀ ਜੰਗ 'ਚ ਜਦੋਂ ਬੰਬਾਰੀ ਹੋਈ ਹੈ ਆ ਮੇਰੇ ਦੋ ਬੱਚੇ ਤੇ ਮੇਰੇ ਦੋ ਬੱਚੇ ਸ਼ਹੀਦ ਹੋਏ ਸੀ ਤੇ ਉਹ ਸ਼ਹੀਦ ਹੋਇਆ ਹੋਈ 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 12 ਸਾਲ ਦਾ ਮੁੰਡਾ ਸੀ 65 ਵਾਲੀ ਜੰਗ 'ਚ ਜਦੋਂ ਬੰਬਾਰੀ ਹੋਈ ਹੈ ਪੱਤੋ ਕੀ ਤੇ ਤੁਹਾਡੇ ਦੋ ਬੇਟੇ ਸ਼ਹੀਦ ਹੋ ਗਏ ਸੀ ਇੱਕ ਬੇਟੀ ਸੀ ਇੱਕ ਬੇਟਾ ਸੀ ਇੱਕ ਪਿਓ ਸੀ ਤੇ ਪਿਓ ਮੇਰਾ ਪ੍ਰਾਹੁਣਾ ਆਇਆ ਉਹ ਵੀ ਇੱਥੇ ਰਹਿ ਗਿਆ ਪਿਓ ਵੀ ਸ਼ਹੀਦ ਹੋ ਗਿਆ ਓਏ ਹੋਏ ਇਹ ਮੁਸਲਮਾਨਾਂ ਨੂੰ ਮੁਸਲਮਾਨ ਸਾਫ ਨਹੀਂ ਨੇ ਬੇਟੀ ਅੱਲਾ ਤੈਨੂੰ ਬਾਹਰ ਬਾਹਰ ਟਹਿ ਗਿਆ ਸਮਾਨ ਲੋਕਾਂ ਨੇ ਚੁੱਕ ਲਿਆ ਬਚੇਰੀ ਬਰਬਾਦੀ ਹੋਈ ਸਾਨੂੰ ਕੀ ਪਹਿਲਾਂ ਤਾਂ ਦੁਖੀ ਹੈ ਬੱਚਿਆਂ ਨੂੰ ਤੰਦਰੁਸਤੀ ਦੇ ਆਮੀਨ 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 ਆਮੀਨ